ਸ਼ਾਮਲ ਨੇ ਆਪਣੇ ਸ਼ੋਅ ਦੇ ਵਿਚ ਤੇ ਜਿਹੜੇ ਵੀ ਸੱਜਣ ਸਾਨੂੰ ਸੁਣ ਰਹੇ ਨੇ ਉਨ੍ਹਾਂ ਨੂੰ ਜ਼ਰੂਰ ਦੱਸ ਦਈਏ ਕਿ ਸਾਨੂੰ ਸਹਿਯੋਗ ਦੇਣ ਵਾਲੇ ਸੱਜਣ ਜਿਹੜੇ ਆ ਉਹ ਹੈ ਜਸਵਿੰਦਰ ਸਿੰਘ ਮਿਸੀਸੀਪੀ, ਜਸਵੰਤ ਸਿੰਘ ਸੋਤਾ ਸਾਹਿਬ ਕੈਨੇਡਾ ਤੋਂ ਤੇ ਪਿੰਡ ਸਿੰਧਵਾਂ ਦੋਨਾਂ ਜ਼ਿਲ੍ਹਾ ਕਪੂਰਥਲਾ ਵਾਲੇ। ਇਹ ਸਾਡੇ ਖ਼ਬਰਾਂ ਦੇ ਸਪਾਂਸਰ ਹੈ, ਪਰ ਸਹਿਯੋਗ ਤੁਸੀਂ ਸਾਰੇ ਹੀ ਦਿੰਦੇ ਹੋ, ਜਿਵੇਂ ਫੰਡ ਰੇਜ਼ਿੰਗ ਵੇਲੇ ਦਿੱਤਾ ਤੇ ਜਿਵੇਂ ਹੁਣ ਦੇ ਰਹੇ ਹੋ। ਤੇ ਅਗਲੀ ਗੱਲ ਜਿਹੜਾ ਅਸੀਂ ਨਵਾਂ ਸਹਿਯੋਗ ਤੁਹਾਡੇ ਤੋਂ ਮੰਗਦੇ ਹਾਂ ਉਹ ਹੈ ਕਿ ਜੇ ਸਾਡੀ ਗੱਲ ਵਧੀਆ ਲੱਗਦੀ ਹੈ, ਤੁਹਾਨੂੰ ਲੱਗਦਾ ਕਿ ਪਲੇਟਫਾਰਮ ਬੜਾ ਵਧੀਆ ਜਾਂ ਬਾਹਲਾ ਹੀ, ਮੈਂ ਤਾਂ ਜ਼ੋਰ ਜਲਾ ਕੇ ਕਹਿੰਦਾ ਥੋੜਾ ਜਿਹਾ ਘੱਟ ਵੀ ਵਧੀਆ ਹੋਵੇ, ਤੇ ਫਿਰ ਤੁਸੀਂ ਦੂਜਿਆਂ ਨੂੰ ਜ਼ਰੂਰ ਦੱਸ ਦਿਓ। ਐਪ ਦੇ ਨਾਲ ਇੱਕ ਆਪਸ਼ਨ ਹੁੰਦਾ ਸ਼ੇਅਰ ਦਾ, ਆਪਣੇ ਸੱਜਣਾ ਮਿੱਤਰਾਂ ਨੂੰ ਇਹ ਐਪ ਸ਼ੇਅਰ ਕਰ ਦਿਓ ਤੇ ਫਿਰ ਗਾਂਹ ਦੀ ਗਾਂਹ ਗੱਲ ਹੋਰ ਲੋਕਾਂ ਚ ਪਹੁੰਚ ਜੂਗੀ, ਚੰਗੀ ਗੱਲ ਚੰਗੇ ਲੋਕਾਂ ਚ ਪਹੁੰਚੇ, ਇਹ ਆਪਣੀ ਕੋਸ਼ਿਸ਼ ਹੈ। ਤੇ ਬਾਬਾ ਸਾਹਿਬ ਸਵਾਗਤ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ, ਮਿਹਰਬਾਨੀ ਸੁਖਨੈਬ ਜੀ, ਰੇਡੀਓ ਚਰਨਪੁਰ ਦੇ ਸੀ ਦੇ ਸਰੋਤਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਖ਼ਬਰਾਂ ਨੂੰ ਸਪਾਂਸਰ ਕੀਤਾ ਜਾ ਰਿਹਾ ਸਰਦਾਰ ਕਮਲਜੀਤ ਸਿੰਘ ਜੀ ਚੱਠਾ, USA ਵਾਲਿਆਂ ਵੱਲੋਂ। ਵਟਸਐਪ ਮੌਰੀਸ਼ਸ ਦੇ ਸੁਪਨੇ ਜੇ ਆਈ ਜਾਂਦੇ ਹਜੇ ਸੁਖਨੈਬ ਜੀ, ਕਿਉਂਕਿ ਆਪਣਾ ਕੰਮ ਏਦਾਂ ਦਾ ਆਉਂਦੇ ਫਿਰ ਪੰਜਾਬ ਦੀ ਸਿਆਸਤ ਆ ਪੈ ਗਿਆ ਸੀ ਜੀ। ਇੱਥੇ ਜਿੰਨਾ ਕੁਝ ਘੱਟ ਵਾਪਰ ਰਿਹਾ, ਕਿਸੇ ਪਾਸੇ ਕੋਈ ਮਾਰਚ ਨਿਕਲਣ ਲੱਗਾ, ਕਿਸੇ ਪਾਸੇ ਭੁੱਲਾਂ ਬਖਸ਼ਾਈਆਂ ਜਾ ਰਹੀ ਜੀ, ਪਾਰਟੀ ਬਣਾਉਣੀ ਹੈ ਉਧਰ ਰਾਜਸਥਾਨ ਦੇ ਵਿੱਚ ਲੋਕਾਂ ਦੀ ਉਂਗਲੀ ਦੇ ਉੱਤੇ ਕਾਲੀ ਨੀਲੀ ਸਿਆਹੀ ਲੱਗ ਗਈ ਹੈ, ਤੇਲੰਗਾਨਾ ਦੇ ਵਿੱਚ ਵੀ ਵੋਟਾਂ ਪੈ ਗਈਆਂ, ਪੋਸਟ ਪੋਲ ਐਗਜ਼ਿਟ ਪੋਲ ਜਿਹੜੇ ਉਹ ਆਉਣ ਲੱਗ ਪਏ ਆ, ਇਸ ਕਰਕੇ ਉਹ ਸੁਪਨੇ ਜਿਹਾ ਤਾਂ ਬੰਦ ਹੋ ਗਿਆ। ਪਰ ਨਾਲ ਦੀ ਨਾਲ ਇੰਨੀ ਗੱਲ ਜ਼ਰੂਰ ਹੈ ਕਿ 6-7 ਮਹੀਨੇ ਹੋਰ ਕਿਹੜੇ ਪਾਸੇ ਜਾਣਾ, ਉਹਦੀ ਮਾੜੀ ਮਾੜੀ ਜਿਹੜੀ ਹੈ ਭਿਣਕ ਦਿਮਾਗ ਨੂੰ ਜ਼ਰੂਰ ਪੈਣ ਲੱਗ ਪਈ ਹੈ ਜੀ। ਔਰ ਜੇ ਅਸੀਂ ਗੱਲ ਕਰ ਲਈਏ ਹੁਣ ਪੰਜਾਬ ਦੀ ਸਿਆਸਤ ਦੀ, ਤੇ ਪੰਚਾਇਤ ਚੋਣਾਂ ਦਾ ਐਲਾਨ ਹੋ ਗਿਆ ਸੀ, ਕਈ ਦਿਨਾਂ ਦੇ ਕਹੀ ਜਾਂਦੇ ਸੀ ਕਿ ਭਾਈ ਗੁੜਗੜ ਮਹਿੰਗੇ ਵੀ ਹੋ ਗਿਆ, ਘੋਲ ਘਾਲ ਵੀ ਦਿੱਤਾ ਹੋਊਗਾ, ਪਰ ਹੁਣ ਕਹਿੰਦੇ ਹੁੰਦੇ ਆ ਠੰਡ ਜੀ ਉੱਠਦੀ ਨਹੀਂ ਫਿਰ ਤਾਂ ਕੈਪਸੂਲਾਂ ਨਾਲ ਹੀ ਆਊਗੀ। ਸੁਖਨੈਰ ਜੀ, ਜਿਨ੍ਹਾਂ ਨੇ ਇਲੈਕਸ਼ਨ ਲੜਨੀ ਹੈ ਜਾਂ ਜਿਨ੍ਹਾਂ ਨੇ ਚੋਣਾਂ ਦੇ ਵਿੱਚ ਥੋੜਾ ਜਿਹਾ ਤਰਾਰੇ ਜਿਹਾ ਦੇ ਵਿੱਚ ਆਉਣਾ, ਉਹਨਾਂ ਨੇ ਤੇ ਤਿਆਰੀਆਂ ਖਿੱਚਣੀਆਂ ਸੀ, ਜਿਨ੍ਹਾਂ ਨੇ ਬਲੈਡਰ ਜਿਹੜੇ ਆਪਣੇ ਨਾਲ ਬੰਨ ਕੇ ਇੱਧਰ ਉੱਧਰਲੇ ਪਾਸੇ ਲੈ ਕੇ ਜਾਣੇ ਆ, ਉਹਨਾਂ ਦੀਆਂ ਵੀ ਇਸ ਵੇਲੇ ਪੌਂਬਾਰਾਂ ਨੇ। ਖਾਸ ਤੌਰ ਤੇ ਪੰਜਾਬ ਦੇ ਗੁਆਂਢੀ ਸੂਬਿਆਂ ਦੇ ਵਿੱਚ ਜਿੱਥੇ ਪੰਜਾਬ ਦੇ ਮੁਕਾਬਲਤਨ ਦਾਰੂ ਸਸਤੀ ਹੈ, ਪਤਾ ਲੱਗਾ ਕਿ ਉਧਰਲੇ ਪਾਸੇ ਕੁਝ ਇਦਾਂ ਦੇ ਬੰਦੇ ਹੈਗੇ ਆ ਜਿਨ੍ਹਾਂ ਦੀਆਂ ਵਾਛਾਂ ਖਿੜ ਗਈਆਂ, ਕਿਉਂਕਿ ਉਹਨਾਂ ਨੂੰ ਪਤਾ ਕਿ ਭਾਈ ਹੁਣ ਇੱਕ ਵਾਰੀ ਫਿਰ ਮੋਟਾ ਹੀ ਕੋਟਾ ਸਾਨੂੰ ਜਿਹੜਾ ਪੰਜਾਬ ਵਾਲੇ ਪਾਸੇ ਸਪਲਾਈ ਕਰਨਾ ਪੈਣਾ। ਚੰਗਾ ਹੋਵੇ, ਅਸੀਂ ਬਹੁਤ ਵਾਰੀ ਸਰਪੰਚੀ ਦੀਆਂ ਚੋਣਾਂ ਦਾਰੂ ਦੇ ਵਿੱਚ ਲਬੇੜ ਲਬੇੜ ਕੇ ਨੇਪਰੇ ਚਾੜੀਆਂ, ਐਤਕੀ ਦੇ ਸੁੱਕੀਏ ਅੱਗੇ ਨੂੰ ਲੈ ਕੇ ਜਾਈਏ ਤਾਂ ਵਧੀਆ ਹੋਵੇ, ਕੰਮ ਪਰ ਔਖਾ ਲੱਗਦਾ। ਦੇਖੋ ਅੱਜ ਤਕਰੀਬਨ 5 ਮਹੀਨਿਆਂ ਦੇ ਇੰਤਜ਼ਾਰ ਤੋਂ ਬਾਅਦ ਉਹ ਦਿਨ ਆਇਆ ਜਦੋਂ ਢੋਲ ਤੇ ਅਸਲੀ ਡਗਾ ਲੱਗਿਆ ਜੀ। ਮੇਰਾ ਖਿਆਲ ਹੈ ਕਿ 16 ਜੁਲਾਈ ਦਾ ਦਿਨ ਸੀ ਉਹ, ਜਦੋਂ ਪੰਜਾਬ ਦੀ ਸਰਕਾਰ ਨੇ ਕਿਹਾ ਸੀ ਕਿ ਸਰਪੰਚ ਹੁਣ ਸਾਬਕਾ ਸਰਪੰਚ ਤੇ ਪੰਚ ਹੁਣ ਸਾਬਕਾ ਪੰਚ ਹੋ ਗਿਆ, ਜਿਹੜੇ ਖਿੱਚ ਕੇ ਸਲੂਟ ਮਾਰਦੇ ਸੀ ਉਹ ਫੋਕੀ ਸਤਿ ਸ੍ਰੀ ਅਕਾਲ ਤੇ ਆ ਗਏ, ਜਿਹੜੇ ਸਰਪੰਚਾਂ ਨੂੰ ਸਤਿ ਸ੍ਰੀ ਅਕਾਲ ਕਹਿੰਦੇ ਸੀ ਉਹਨਾਂ ਨੇ ਮੂੰਹ ਘੁਮਾ ਕੇ ਪਰੇ ਨੂੰ ਲੱਗਣਾ ਸ਼ੁਰੂ ਕਰਤਾ ਕਿ ਭਾਈ ਅੱਜ ਕੀ ਇਲੈਕਸ਼ਨ ਆ ਲੈਣ ਤੇ ਤੈਨੂੰ ਐਲ ਕੀ ਮੈਂ ਦੱਸੂ। ਬਿਲਕੁਲ ਹਾਂ, ਇਹਦੀ ਗੱਲ ਵੀ ਸੀ, ਕਈ ਏਦਾਂ ਦੀ ਵੀ ਕਹਿੰਦੇ ਸੀ ਸਰਪੰਚਾਂ ਤਕਾਲਾਂ ਪੈ ਗਈਆਂ, ਹੁਣ ਪੁੱਛਦਾ ਕੋਈ ਨੀ, ਜਿੱਦਣ ਵੋਟਾਂ ਨੇੜੇ ਆ ਗਈਆਂ ਉਦਣ ਤੂੰ ਪੁੱਛਣਾ ਤਾਂ ਸੀ, ਫਿਰ ਤੈਨੂੰ ਡਾਹ ਨੀ ਦੇਣੀ। ਇਹ ਬੜਾ ਕੁਝ ਚੱਲਿਆ ਪਿਛਲੇ 5-6 ਮਹੀਨਿਆਂ ਚ, ਜੁਲਾਈ ਦੇ ਮਹੀਨੇ ਲੱਗਦਾ ਸੀ ਅਗਸਤ ਚ ਵੋਟਾਂ ਪੈ ਜਾਣਗੀਆਂ, ਫਿਰ ਸਤੰਬਰ ਚ ਲੱਗਾ, ਫਿਰ ਅਕਤੂਬਰ ਚ ਲੱਗਾ, ਨਵੰਬਰ ਚ ਲੱਗਾ, ਫਿਰ 14 ਦਸੰਬਰ ਤੱਕ ਦਾ ਚਰਚਾ ਚੱਲਿਆ ਨਹੀਂ, ਉਹਦੇ ਤੋਂ ਬਾਅਦ ਜਾ ਕੇ ਹੁਣ ਅੱਜ ਆਖਿਰਕਾਰ ਚੋਣ ਕਮਿਸ਼ਨਰ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਪ੍ਰੈਸ ਕਾਨਫਰੰਸ ਵਿੱਚ ਸਾਰੇ ਦੀ ਸਾਰੀ ਪ੍ਰਕਿਰਿਆ ਕਿਹੜੇ ਦਿਨ ਕੀ ਹੋਣਾ ਉਹ ਜਾਰੀ ਕਰਤੀ। ਹੁਣ 30 ਦਸੰਬਰ ਦਾ ਦਿਨ ਐਨ ਭਰ ਸਰਦੀ ਦਾ ਦਿਨ ਵੀ ਹੋਣਾ, ਨਿੱਕੇ ਨਿਆਣਿਆਂ ਦੀਆਂ ਛੁੱਟੀਆਂ ਦਾ ਦਿਨ ਵੀ ਹੋਣਾ, ਨਵਾਂ ਸਾਲ ਨੇੜੇ ਆ ਗਿਆ ਹੋਣਾ, ਉਹਦੀਆਂ ਕਿਤੇ ਨਾ ਕਿਤੇ ਖੁਸ਼ੀਆਂ ਦੀ ਗੱਲ ਵੀ ਹੋਣੀ ਹੈ। ਸਾਡੇ ਕੋਲ ਇਤਿਹਾਸਕ ਤੌਰ ਦੇ ਉੱਤੇ ਉਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਦਿਹਾੜੇ ਹੁੰਦੇ ਨੇ, ਆਪੋ ਆਪਣੀਆਂ ਭਾਵਨਾਵਾਂ ਹੋਣੀਆਂ, ਪਰ 30 ਦਸੰਬਰ ਨੂੰ ਪੰਚਾਇਤੀ ਚੋਣਾਂ ਹੋਣੀਆਂ, 15 ਦਸੰਬਰ ਨੂੰ ਨੋਟੀਫਿਕੇਸ਼ਨ ਜਾਰੀ ਹੋਏਗਾ। ਕਿਉਂਕਿ ਮੈਂ ਇਹ ਗੱਲ ਦੱਸ ਰਿਹਾ ਕਿ ਇਲੈਕਸ਼ਨ ਹੋਣ ਕਰਕੇ ਹੁਣ ਅੱਜ ਤੋਂ ਚੋਣ ਜ਼ਾਬਤਾ ਲੱਗ ਗਿਆ ਜੀ, 15 ਦਸੰਬਰ ਨੂੰ ਜਦੋਂ ਨੋਟੀਫਿਕੇਸ਼ਨ ਜਾਰੀ ਕੀਤਾ ਜਾਊਗਾ ਤਾਂ ਫਿਰ 15 ਤੋਂ ਸ਼ੁਰੂ ਹੋ ਕੇ 15, 16, 17, 18 ਤੇ 19 5 ਦਿਨ ਤੁਸੀਂ ਨੋਮੀਨੇਸ਼ਨ ਪੇਪਰ ਫਾਈਲ ਕਰ ਸਕਦੇ ਹੋ, ਸ਼ਰਤ ਇੰਨੀ ਕਿ ਸਰਕਾਰੀ ਛੁੱਟੀ ਨਾ ਚਾਹੁੰਦੀ ਹੋਵੇ ਜੀ। 20 ਤਰੀਕ ਨੂੰ ਪੰਜਾਬ ਦੇ ਲੋਕਾਂ ਦੁਆਰਾ ਜਿਹੜੇ ਨਾਮਜ਼ਦਗੀ ਪਰਚੇ ਭਰੇ ਗਏ ਹੋਣਗੇ ਉਹਨਾਂ ਦੀ ਪੜਚੋਲ ਪੜਤਾਲ ਕੀਤੀ ਜਾਊਗੀ ਕਿ ਸ਼ਰਤਾਂ ਦੇ ਮੁਤਾਬਕ ਇਹ ਜਿਹੜੇ ਪਰਚੇ ਨੇ ਠੀਕ ਨੇ। 20 ਤਰੀਕ ਨੂੰ
ਜਦੋਂ ਸ਼ੰਟੀ ਹੋ ਜਾਣੀ ਹੈ, ਪੜਚੋਲ ਹੋ ਜਾਣੀ ਹੈ, 21 ਤਰੀਕ ਦਾ ਦਿਨ ਰੱਖਿਆ ਗਿਆ ਕਿ ਜਿਹਨੇ ਕਾਗਜ਼ ਵਾਪਸ ਲੈਣੇ ਆ ਭਾਈ ਲੈ ਲਓ। 21 ਤਰੀਕ ਸ਼ਾਮ ਤੱਕ ਪਤਾ ਲੱਗ ਜਾਣਾ ਕਿ ਕਿਹੜੇ ਵਾਰਡ ਤੋਂ ਕਿਹੜੇ ਪਿੰਡ ਦੀ ਸਰਪੰਚੀ ਪੰਚੀ ਤੋਂ ਕਿੰਨੇ ਕੁ ਬੰਦੇ ਜਿਹੜੇ ਉਹ ਕੈਂਡੀਡੇਟ ਹੈਗੇ ਆ। ਫਿਰ 22 ਤਰੀਕ ਤੋਂ ਲੈ ਕੇ ਤੇ 28 ਤਰੀਕ ਤੱਕ ਲਗਾਤਾਰ 7 ਦਿਨ ਠੋਕ ਵਜਾ ਕੇ ਪੰਜਾਬ ਦੇ ਪਿੰਡਾਂ ਚ ਪ੍ਰਚਾਰ ਹੋਊ। 28 ਤਰੀਕ ਸ਼ਾਮ ਨੂੰ 5 ਵਜੇ ਖੁੱਲਾ ਪ੍ਰਚਾਰ ਬੰਦ ਹੋ ਜਾਣਾ। 29 ਦਸੰਬਰ ਨੂੰ ਡੋਰ ਟੂ ਡੋਰ ਪ੍ਰਚਾਰ ਕੀਤਾ ਜਾ ਸਕਦਾ ਪਰ ਕੋਈ ਵੱਡੀ ਸਰਗਰਮੀ ਨਹੀਂ ਹੋ ਸਕਦੀ। 30 ਦਸੰਬਰ ਨੂੰ ਸਵੇਰੇ 8 ਵਜੇ ਹੋ ਸਕਦਾ ਕਿ ਧੁੰਦ ਪਈ ਹੋਵੇ ਤੇ ਹੋ ਸਕਦਾ ਕੂੜਾ ਪਿਆ ਹੋਵੇ ਪਰ ਵੋਟਾਂ ਪੈਣ ਦਾ ਕੰਮ ਸ਼ੁਰੂ ਹੋ ਜੂ। 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਲਗਾਤਾਰ 8 ਘੰਟੇ ਵੋਟਾਂ ਪੈਣਗੀਆਂ। ਬਾਅਦ ਵਿੱਚ ਮੈਨੂੰ ਲੱਗਦਾ ਕਿ ਜਿੱਥੇ 4:30 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਊ ਤੇ 6:30 ਵਜੇ ਤੱਕ ਜਿਹਨਾਂ ਪਿੰਡਾਂ ਚ ਰੌਲਾ ਦੌਲਾ ਨਾ ਪਿਆ ਉਦੋਂ ਨੂੰ ਪਤਾ ਲੱਗ ਜਾਣਾ ਕਿ ਕਿਹਦੇ ਹਾਰ ਲਿਆਂਦੇ ਧਰੇ ਦੇ ਧਰੇ ਰਹਿ ਗਏ, ਕਿਹਨੂੰ ਹਾਰ ਦੇ ਕਰਕੇ ਲੱਡੂ ਲਿਆਂਦੇ ਤਾਂ ਉਹਨਾਂ ਦੇ ਵਿੱਚ ਕਿਰਕ ਤੇ ਮਿੱਟੀ ਮਹਿਸੂਸ ਹੋਊ ਤੇ ਕਿਹਨੂੰ ਉਸ ਵੇਲੇ ਫਿਰ ਭੰਗੜੇ ਪਾਉਂਦਿਆਂ ਐਂ ਲੱਗੂ ਕਿ ਭਾਈ ਅੱਜ ਤੋਂ ਮੇਰੇ ਮੂਹਰੇ ਲਲਕਾਰਾ ਮਾਰ ਕੇ ਕੁਝ ਦੇਖੇ ਸੀ ਕਿਉਂਕਿ ਮੈਂ ਸਰਪੰਚ ਸਾਹਿਬ ਹੁੰਦਾ। ਇਹ 30 ਦਸੰਬਰ ਸ਼ਾਮ ਨੂੰ 6-7 ਵਜੇ ਦੀਆਂ ਗੱਲਾਂ, ਸਿਰਫ 23 ਦਿਨ ਬਾਅਦ। ਹੁਣ ਆਉਣ ਵਾਲੇ 23 ਦਿਨ ਪੰਜਾਬ ਦੇ ਲੋਕਾਂ ਦੇ ਲਈ ਬਹੁਤ ਜ਼ਿੰਮੇਵਾਰੀ ਭਰਪੂਰ ਦਿਨ ਨੇ। ਇੱਕ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰੀ, ਉਹਨਾਂ ਨੇ ਅੱਜ ਕਿਹਾ ਕਿ ਦੇਖੋ ਉਹਨਾਂ ਦਿਨਾਂ ਦੇ ਵਿੱਚ ਛੋਟੇ ਤੇ ਵੱਡੇ ਜਿਹੜੇ ਸਾਡੇ ਸਾਹਿਬਜ਼ਾਦੇ ਨੇ ਉਹਨਾਂ ਦੇ ਨਾਲ ਸੰਬੰਧਿਤ ਦਿਵਸ ਆਉਂਦੇ ਆ। ਪੰਜਾਬ ਦੀ ਸਰਕਾਰ ਘੋੜਾ ਅੱਗੇ ਪਿੱਛੇ ਕਰਦੀ ਹੈ ਸਾਰਾ ਕੁਝ ਤਾਂ ਚੰਗਾ ਹੁੰਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਵੀ ਇਹੀ ਚਰਚਾ ਕੀਤੀ ਕਿ ਚੰਗਾ ਹੁੰਦਾ ਜੇ ਇਸ ਹਫ਼ਤੇ ਨੂੰ ਪੰਜਾਬ ਦੀ ਸਰਕਾਰ ਛੱਡ ਲੈਂਦੀ, 2-4 ਦਿਨ ਅੱਗੇ ਕਰ ਲੈਂਦੀ ਇਲੈਕਸ਼ਨ। ਤੇ ਜਦੋਂ ਪੰਜਾਬ ਦੇ ਪੰਚਾਇਤ ਮੰਤਰੀ ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸਾਹਿਬ ਨੂੰ ਪੁੱਛਿਆ, ਉਹ ਕਹਿੰਦੇ ਦੇਖੋ ਸਾਡੀ ਮਜਬੂਰੀ ਹੈ, ਸੰਵਿਧਾਨਿਕ ਤੌਰ ਦੇ ਉੱਤੇ ਸਰਕਾਰ ਕੁਝ ਹੱਦ ਤੱਕ ਬੱਝੀਓ ਹੁੰਦੀ ਹੈ ਤੇ ਜਦੋਂ ਅਸੀਂ ਸੰਵਿਧਾਨਿਕ ਤੌਰ ਤੇ ਬੱਝੇ ਹੁੰਦੇ ਹਾਂ ਤਾਂ ਅਸੀਂ ਆਪਣੇ ਆਪ ਕੁਝ ਨਹੀਂ ਕਰ ਸਕਦੇ, ਇਸ ਕਰਕੇ ਵੋਟਾਂ ਦਾ ਦਿਨ ਬਦਲਿਆ ਨਹੀਂ ਜਾ ਸਕਦਾ। ਇਹ ਗੱਲ ਬਿਲਕੁਲ ਠੀਕ ਹੈ ਕਿ ਉਹ ਹਫ਼ਤਾ ਠੀਕ ਨਹੀਂ, ਉੱਥੇ ਵੋਟਾਂ ਨਹੀਂ ਸੀ ਹੋਣੀਆਂ ਚਾਹੀਦੀਆਂ, ਕਿਉਂਕਿ ਮਸਲਾ ਇਕੱਲਾ ਇਹ ਨਹੀਂ ਕਿ ਕਿਸੇ ਇੱਕ ਭਾਈਚਾਰੇ ਨੇ ਕਿਸੇ ਇੱਕ ਧਰਮ ਦੇ ਲੋਕਾਂ ਨੇ ਦਿਨ ਮਨਾਉਣੇ ਨੇ ਜੀ। ਮਸਲਾ ਇਹ ਹੈ ਕਿ ਉਹਨਾਂ ਦਿਨਾਂ ਦਾ ਮਹੱਤਵ ਕੀ ਸੀ। ਜੇ ਛੋਟੇ ਜਾਂ ਵੱਡੇ ਸਾਹਿਬਜ਼ਾਦਿਆਂ ਨੇ ਆਪਣੀ ਸ਼ਹੀਦੀ ਦਿੱਤੀ ਹੈ ਉਹ ਕਾਹਦੇ ਲਈ ਦਿੱਤੀ ਹੈ? ਇਦਾਂ ਦੇ ਦਿਨ ਸਾਡੇ ਲਈ ਸਵੈ ਪੜਚੋਲ ਦੇ ਦਿਨ ਹੁੰਦੇ ਆ। ਇਦਾਂ ਦੇ ਦਿਨ ਸਾਨੂੰ ਕਦੇ ਕਦੇ ਇਹ ਗੱਲਾਂ ਮਹਿਸੂਸ ਕਰਨ ਦੀ ਮਾੜੀ ਮੋਟੀ ਸੋਝੀ ਤੇ ਮਾੜੀ ਮੋਟੀ ਸ਼ਕਤੀ ਦਿੰਦੀਆਂ ਕਿ ਭਾਈ ਇਕੱਲਾ ਜਾ ਕੇ ਮੱਥੇ ਰਗੜਨ ਦੇ ਨਾਲ ਕੁਝ ਨਹੀਂ ਹੋਣਾ, ਅਗਲਿਆਂ ਨੇ ਵੀ ਕਿਵੇਂ ਦੀਆਂ ਸ਼ਹੀਦੀਆਂ ਦਿੱਤੀਆਂ ਤੇ ਕਿਹਨਾਂ ਦੇ ਲਈ ਦਿੱਤੀਆਂ ਤੇ ਕਿਵੇਂ ਡਟੇ ਰਹੇ ਨੇ। ਮਾੜਾ ਮੋਟਾ ਸਾਨੂੰ ਪੈਰੋਕਾਰ ਵੀ ਬਣਨਾ ਚਾਹੀਦਾ ਪ੍ਰੈਕਟੀਕਲੀ, ਇਕੱਲੀ ਥਿਊਰੀ ਦੇ ਨਾਲ ਸਾਰਾ ਕੰਮ ਨਹੀਂ ਚੱਲਦਾ। ਸਾਡੇ ਗੁਰੂ ਸਾਹਿਬਾਨ ਨੇ ਤਾਂ ਵੈਸੇ ਵੀ ਥਿਊਰੀ ਤੋਂ ਪ੍ਰੈਕਟੀਕਲ ਦਾ ਸਫ਼ਰ ਕਿੰਨੀ ਛੇਤੀ ਤੇ ਕਿਵੇਂ ਤੈਅ ਕਰਨਾ ਉਹ ਬਹੁਤ ਚੰਗੇ ਤਰੀਕੇ ਦੱਸਿਆ। ਇੱਥੇ ਇੱਕ ਗੱਲ ਨਿਬੜ ਕੇ ਸਾਹਮਣੇ ਆਈ, ਹੋ ਸਕਦਾ ਮੇਰੀ ਗੱਲ ਦੇ ਨਾਲ ਕੋਈ ਆਪਣਾ ਸਰੋਤਾ ਸਹਿਮਤ ਹੋਵੇ ਕੋਈ ਨਾ ਹੋਵੇ। ਸੁਖਨੈਬ ਜੀ, ਕੀ ਕਿਹਾ ਗਿਆ ਸੀ ਕਿ ਸ਼ਰਾਬ ਦੀ ਵਰਤੋਂ ਬਹੁਤ ਹੁੰਦੀ ਹੈ, ਇਸ ਕਰਕੇ ਇਸ ਹਫ਼ਤੇ ਤੋਂ ਗੁਰੇਜ਼ ਕੀਤਾ ਜਾਣਾ ਚਾਹੀਦਾ ਸੀ ਇਲੈਕਸ਼ਨ ਤੋਂ? ਦੇਖੋ ਮੈਨੂੰ ਇੱਕ ਗੱਲ ਦਾ ਪਤਾ ਕਿ ਜੇ ਬਾਬੇ ਨਾਨਕ ਦੀ ਇਸ ਧਰਤੀ ਦੇ ਉੱਤੇ ਅਸੀਂ ਅਜੇ ਵੀ ਬੋਤਲ ਬੋਤਲ ਸ਼ਰਾਬ ਦੀ ਪੀ ਕੇ ਜਾਂ ਲੈ ਕੇ ਵੋਟਾਂ ਪਾਉਂਦੇ ਹਾਂ, ਫਿਰ ਬਾਬੇ ਨਾਨਕ ਦੇ ਉਹ ਬੰਦੇ ਪੈਰੋਕਾਰ ਤਾਂ ਨਹੀਂ ਹੋਏ? ਜੇ ਅਸੀਂ ਨਿੱਜੀ ਤੌਰ ਤੇ ਆਪਣੇ ਦਿਲੋਂ ਆਪਣੇ ਮਨੋਂ ਇਹੀ ਗੱਲ ਨਹੀਂ ਕਰ ਸਕਦੇ ਕਿ ਭਾਈ ਅਸੀਂ ਸ਼ਰਾਬ ਇਹਨਾਂ ਦਿਨਾਂ ਦੇ ਵਿੱਚ ਨਹੀਂ ਪੀਣੀ, ਭਾਵੇਂ ਸਾਨੂੰ ਕੋਈ ਮੁਫ਼ਤ ਦੇਵੇ, ਭਾਵੇਂ ਸਸਤੀ ਦੇਵੇ, ਭਾਵੇਂ ਪੇਟੀ ਲਿਆ ਕੇ ਦੇਵੇ ਕਿ ਭਾਈ ਮਹੀਨਾ ਖੰਡ ਤੇਰਾ ਹੋਰ ਨਿਕਲ ਜੂ? ਜੇ ਇਹਨਾਂ ਦਿਨਾਂ ਦੀ ਮਹੱਤਤਾ ਇੱਕ ਸ਼ਰਾਬ ਦੀ ਬੋਤਲ ਦੇ ਕਰਕੇ ਸਾਡੇ ਮਨ ਦੇ ਵਿੱਚੋਂ ਸੱਜੇ ਖੱਬੇ ਹੁੰਦੀ ਹੈ, ਇਹਦਾ ਮਤਲਬ ਹੈ ਕਿ ਕੱਚਾਪਣ ਬਹੁਤ ਹੈ ਭਾਈ। ਅਜੇ ਤਾਂ ਖੜਕਾ ਕੇ ਦੇਖ ਲੈਣਾ ਚਾਹੀਦਾ ਆਪਣੇ ਆਪ ਨੂੰ ਕਿ ਸਾਡੇ ਵਿੱਚ ਕੋਈ ਮਾੜੀ ਮੋਟੀ ਪਕਿਆਈ ਹੈਗੀ ਹੈ ਕਿ ਨਹੀਂ ਹੈਗੀ। ਦੇਖੋ ਪੰਜਾਬ ਦੀ ਸਰਕਾਰ ਨੇ ਸੰਵਿਧਾਨਕ ਹਵਾਲੇ ਦੇ ਕੇ ਫੈਸਲਾ ਤਾਂ ਨਹੀਂ ਬਦਲਣਾ, ਪਰ ਸੁਖਨੈਬ ਜੀ ਮੈਨੂੰ ਲੱਗਦਾ ਕਿ ਸਰਕਾਰ ਦੇ ਉੱਤੇ ਗੁੱਸਾ ਕੱਢੀ ਜਾਣ ਦੀ ਥਾਂ ਹੁਣ ਮਾੜਾ ਜਿਹਾ ਗੁੱਸਾ ਸਾਨੂੰ ਆਪਣੇ ਆਪ ਤੇ ਕੱਢ ਲੈਣਾ ਚਾਹੀਦਾ। ਕਿਉਂ ਨਾ ਐਤਕੀ ਜੇ ਉਹਨਾਂ ਦਿਨਾਂ ਦੇ ਵਿੱਚ ਸਾਡੇ ਪੰਜਾਬ ਦੇ 13,000 ਪਿੰਡਾਂ ਦੀਆਂ ਪੰਚਾਇਤੀ ਚੋਣਾਂ ਆ ਹੀ ਗਈਆਂ ਤਾਂ 2-3 ਮਸਲੇ ਅਸੀਂ ਕਰ ਸਕਦੇ ਹਾਂ ਜਿਹੜੇ ਮੈਨੂੰ ਲੱਗਾ ਕਿ ਫੌਰੀ ਤੌਰ ਦੇ ਉੱਤੇ ਵਿਚਾਰਨੇ ਜ਼ਰੂਰੀ ਨੇ। ਪਹਿਲੀ ਗੱਲ ਇਹ, ਅੱਜ ਉਹ ਲਿਸਟਾਂ ਜਾਰੀ ਹੋਈਆਂ ਕਿ ਕਿਹੜੇ ਪਿੰਡ ਦੇ ਵਿੱਚ ਬੀਬੀ ਨੇ ਇਲੈਕਸ਼ਨ ਲੜਨੀ ਹੈ ਤੇ ਕਿਹੜੇ ਪਿੰਡ ਦੇ ਵਿੱਚ ਕੋਈ ਵੀ ਸਰਪੰਚੀ ਦੀ ਚੋਣ ਲੜ ਸਕਦਾ ਜੀ। ਅੱਜ ਉਹ ਲਿਸਟਾਂ ਜਾਰੀ ਹੋ ਗਈਆਂ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਭਾਈ ਇੱਥੇ
ਸਧਾਰਨ ਵਰਗ ਦੀ ਜਾਣੀ ਕਿ ਕਿਸੇ ਵੀ ਭਾਈਚਾਰੇ ਦੀ ਔਰਤ ਸਰਪੰਚ ਬਣ ਸਕਦੀ ਹੈ। ਲਿਸਟਾਂ ਚ ਇਹ ਵੀ ਕਿਹਾ ਗਿਆ ਕਿ ਇੱਥੇ ਐਸੀ ਭਾਈਚਾਰੇ ਦਾ ਕੋਈ ਵੀ ਬੰਦਾ ਸਰਪੰਚ ਬਣ ਸਕਦਾ। ਲਿਸਟਾਂ ਚ ਇਹ ਵੀ ਕਿਹਾ ਗਿਆ ਕਿ ਇੱਥੇ ਐਸੀ ਭਾਈਚਾਰੇ ਦੀ ਔਰਤ ਸਰਪੰਚ ਬਣ ਸਕਦੀ ਹੈ। ਦੇਖੋ ਮੈਨੂੰ ਨੀ ਪਤਾ ਕਿ ਕਿਹਦਾ ਕਿਵੇਂ ਦਾ ਤਜਰਬਾ, ਪਰ ਜੇ ਕਿਤੇ ਉਸ ਹਫਤੇ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਜਦੋਂ ਪੰਜਾਬ ਚ ਹੁਣ ਸਰਪੰਚੀ ਦੀ ਚੋਣ ਹੈ ਤੇ ਸਾਡੇ ਛੋਟੇ ਤੇ ਵੱਡੇ ਸਾਹਿਬਜ਼ਾਦਿਆਂ ਦੇ ਦਿਵਸ ਨੇ, ਜੇ ਉਹਨਾਂ ਦਿਨਾਂ ਦੇ ਵਿੱਚ ਵੀ ਸਾਡੇ ਕਿਸੇ ਮਨ ਦੇ ਕੋਨੇ ਚ ਗੱਲ ਆਉਂਦੀ ਹੈ ਨਾ ਕੱਲਾ ਭਾਈ ਸਾਡਾ ਪਿੰਡ ਤਾਂ ਰਾਖਵਾਂ ਕਰ ਦਿੱਤਾ, ਇਹਦਾ ਮਤਲਬ ਹੈ ਕਿ ਬੰਦੇ ਨੂੰ ਬੰਦਾ ਸਮਝਣਾ ਅਜਿਹੇ ਦੀ ਸਿੱਖਿਆ ਹੀ ਨਹੀਂ। ਇਹਦਾ ਮਤਲਬ ਹੈ ਕਿ ਗੁਰਬਾਣੀ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਨੇ, ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਜਾਤੀ ਤੋਂ ਜਿਹੜਾ ਦੂਰ ਰਹਿਣ ਦਾ ਇੱਕ ਨੁਕਤਾ ਦਿੱਤਾ ਸੀ, ਉਹ ਨੁਕਤੇ ਨੂੰ ਅਸੀਂ ਪੜ੍ਹਦੇ ਤਾਂ ਹੈਗੇ ਹਾਂ ਪਰ ਆਪਣੀ ਜੀਵਨ ਜਾਂਚ ਦਾ ਹਿੱਸਾ ਨਹੀਂ ਬਣਾਇਆ। ਜੇ ਅਸੀਂ ਅਜੇ ਵੀ ਪੰਜਾਬ ਦੇ ਵਿੱਚ ਦੇਖੋ ਸਰਪੰਚੀ ਜਿਹੜੀ ਕੋਈ ਬਹੁਤੀ ਵੱਡੀ ਪੋਸਟ ਨਹੀਂ, ਸਰਪੰਚੀ ਦੇ ਨਾਲ ਮੈਨੂੰ ਨਹੀਂ ਲੱਗਦਾ ਕਿ ਕੋਈ ਬਹੁਤਾ ਵੱਡਾ ਸਾਨੂੰ ਜ਼ਿੰਦਗੀ ਦੇ ਵਿੱਚ ਹਲੂਣਾ ਮਿਲਦਾ। ਜਿਹਨੇ ਕੰਮ ਕਰਨਾ ਉਹਨੇ ਵੈਸੇ ਵੀ ਕਰ ਲੈਣਾ। ਜੇ ਸਾਨੂੰ ਇਹਨਾਂ ਦਿਨਾਂ ਚ ਵੀ ਇੱਕ ਸਰਪੰਚੀ ਵਰਗੇ ਛੋਟੇ ਅਹੁਦੇ ਦੇ ਲਈ ਸ਼ਰਾਬਾਂ ਪਿਆਉਣੀਆਂ ਪੈਂਦੀਆਂ ਤੇ ਅਸੀਂ ਗੁਰੂ ਸਾਹਿਬਾਨ ਦੀਆਂ ਤੇ ਗੁਰੂ ਸਾਹਿਬਾਨ ਦੇ ਪਰਿਵਾਰਾਂ ਦੀਆਂ ਕੁਰਬਾਨੀਆਂ ਨੂੰ ਭੁੱਲ ਜਾਂਦੇ ਤੇ ਇਹਦਾ ਮਤਲਬ ਹੈ ਕਿ ਸਿੱਖੀ ਦਾ ਮਾਦਾ ਪਾਈ ਕਿਤੇ ਹੈ ਨਹੀਂ। ਜੇ ਅਸੀਂ ਸ਼ਰਾਬਾਂ ਪੀ ਲੈਂਦੇ ਹਾਂ, ਜੇ ਅਸੀਂ ਪੈਸੇ ਦੇ ਕੇ ਵੋਟਾਂ ਖਰੀਦਣ ਦੀ ਕੋਸ਼ਿਸ਼ ਕਰਦੇ ਹਾਂ, ਜੇ ਅਸੀਂ ਆਪਣੀ ਸਰਪੰਚੀ ਜਾਂ ਪੰਚੀ ਦੇ ਲਈ ਘੜਿਆਂ ਦੇ ਵਿੱਚ ਪਿੰਡਾਂ ਨੂੰ ਵੰਡਣ ਦੀ ਕੋਸ਼ਿਸ਼ ਕਰਦੇ ਹਾਂ, ਇਹਦਾ ਮਤਲਬ ਹੈ ਕਿ ਭਾਈਚਾਰਕ ਸਾਂਝ ਦਾ ਹੋਕਾ ਜਿਹੜਾ ਬਾਬੇ ਨਾਨਕ ਨੇ ਦਿੱਤਾ ਸੀ ਉਹ ਹੋਕੇ ਦੀਆਂ ਅਸੀਂ ਗੱਲਾਂ ਤਾਂ ਕਰਦੇ ਹਾਂ, ਹੁਬ ਹੁਬ ਕੇ ਛਾਤੀਆਂ ਚੌੜੀਆਂ ਤਾਂ ਕਰਦੇ ਹਾਂ, ਪਰ ਜਿੱਥੇ ਕਿਤੇ ਉਹਦੀ ਥਾਂ ਹੋਣੀ ਚਾਹੀਦੀ ਸੀ ਉਹ ਹੈ ਨਹੀਂ। ਸੋ ਮਾੜਾ ਮੋਟਾ ਧਿਆਨ ਇੱਧਰ ਨੂੰ ਦੇ ਲਿਆ ਜਾਵੇ ਤਾਂ ਸੁਖਰੈਬ ਜੀ ਮੈਨੂੰ ਲੱਗਦਾ ਕਿ ਹੁਣ ਤੱਕ ਦੀਆਂ ਇਹ ਪੰਚਾਇਤੀ ਚੋਣਾਂ ਜਿਹੜੀਆਂ ਨੇ ਉਹ ਸਭ ਤੋਂ ਵੱਖਰੀਆਂ, ਸਭ ਤੋਂ ਨਵੇਕਲੀਆਂ ਤੇ ਸਭ ਤੋਂ ਸਫਲ ਚੋਣਾਂ ਵੀ ਹੋ ਸਕਦੀਆਂ। ਵੈਸੇ ਮੈਂ ਫਿਰ ਕਹਿ ਦਾਂ ਪੰਜਾਬ ਦੀ ਸਰਕਾਰ ਇਸ ਹਫ਼ਤੇ ਤੋਂ ਗਰੇਜ਼ ਕਰਦੀ ਤਾਂ ਚੰਗਾ ਸੀ। ਦੂਸਰੀ ਗੱਲ ਹੁਣ ਇੱਕ ਵਾਰੀ ਫਿਰ ਇਸ ਗੱਲ ਦੇ ਵੱਲ ਆ ਜਾਈਏ। ਅਸੀਂ ਕਹਿੰਦੇ ਹਾਂ ਜੀ ਦੇਖੋ ਪਾਰਟੀਆਂ ਟਿਕਟਾਂ ਮਾੜੇ ਬੰਦਿਆਂ ਨੂੰ ਦਿੰਦੀਆਂ। ਆਪਾਂ ਕੱਲ ਰਾਜਸਥਾਨ ਦਾ ਜ਼ਿਕਰ ਕੀਤਾ ਸੀ ਕਿ 300 ਤੋਂ ਵੱਧ ਬੰਦੇ ਐਸੇ ਨੇ ਸਿਆਸੀ ਪਾਰਟੀਆਂ ਦੇ ਉਮੀਦਵਾਰ ਜਿਨ੍ਹਾਂ ਤੇ ਅਪਰਾਧਿਕ ਪਰਚੇ ਆ। ਅਸੀਂ ਕਹਿੰਦੇ ਕਿ ਸਾਡਾ ਚੰਗਾ ਬੰਦਾ ਲੀਡਰ ਚਾਹੀਦਾ, ਮੰਤਰੀ ਚਾਹੀਦਾ, MP ਚਾਹੀਦਾ, MLA ਚਾਹੀਦਾ। ਉਹ ਤਾਂ ਸਾਡੇ ਕਹਿਣੇ ਤੋਂ ਬਾਹਰ ਦੀਆਂ ਗੱਲਾਂ, ਸਾਡੇ ਕਲਾਵੇ ਤੋਂ ਸਾਡੀ ਬੁੱਕਲ ਤੋਂ ਬਾਹਰ ਦੀਆਂ ਗੱਲਾਂ। ਸਰਪੰਚੀ ਪੰਚੀ ਤਾਂ ਸਾਡੇ ਬੁੱਕਲ ਦੀ ਹੈ, ਜੇ ਐਤਕੀ ਵੀ ਤਾਇਆਂ ਚਾਚਿਆਂ ਨੂੰ ਵੋਟਾਂ ਪਾਉਣੀਆਂ, ਜੇ ਐਤਕੀ ਵੀ ਧੜਾ ਦੇਖ ਕੇ ਵੋਟਾਂ ਪਾਉਣੀਆਂ, ਜੇ ਐਤਕੀ ਵੀ ਬਰਾਦਰੀ ਜਾਂ ਧਰਮ ਦੇਖ ਕੇ ਵੋਟਾਂ ਪਾਉਣੀਆਂ, ਬੰਦੇ ਨੂੰ ਵੋਟ ਜੀ ਅਜੇ ਵੀ ਨਹੀਂ ਪਾਉਣੀ। ਇਹਦਾ ਮਤਲਬ ਹੈ ਕਿ ਜੇ ਸਿਆਸਤਦਾਨ ਫਿਰ ਡੰਡਾ ਚੱਕਦੇ ਆ ਸਾਡੇ ਤੇ, ਉਹਨਾਂ ਨੂੰ ਅਸੀਂ ਗਲਤ ਕਿਵੇਂ ਕਹਿ ਲਈਏ ਜੇ ਅਸੀਂ ਹੇਠਲੀ ਪੱਧਰ ਤੇ ਆਪ ਹੀ ਸੁਧਾਰ ਨਹੀਂ ਕਰਨਾ ਚਾਹੁੰਦੇ? ਜੇ ਅਸੀਂ ਇਹ ਕਹਿ ਦਿਆਂਗੇ ਕਿ ਭਾਈ ਫਲਾਨਾ ਬੰਦਾ ਤਾਂ ਚੰਗਾ ਪਰ ਮੈਂ ਕੀ ਕਰਾਂ, ਹੁਣ ਤਾਂ ਤਾਇਆ ਖੜ ਗਿਆ ਵੋਟਾਂ ਤੇ, ਉਹ ਬੰਦਾ ਤਾਂ ਪੜ੍ਹਿਆ ਲਿਖਿਆ ਇਮਾਨਦਾਰ ਵੀ ਹੈਗਾ ਪਰ ਮੈਂ ਕੀ ਕਰਾਂ, ਸਾਡੀ ਪਾਰਟੀ ਨੇ ਸਾਡੇ ਧੜੇ ਨੇ ਤਾਂ ਬੰਦਾ ਫਲਾਨਾ ਖੜਾ ਕੀਤਾ। ਜੇ ਅਸੀਂ ਧੜਿਆਂ ਨੂੰ, ਪਾਰਟੀਆਂ ਨੂੰ, ਜਾਤਾਂ ਨੂੰ, ਮਜ਼ਹਬਾਂ ਨੂੰ, ਧਰਮਾਂ ਨੂੰ ਦੇਖ ਕੇ ਵੀ ਵੋਟਾਂ ਪਾਈਆਂ ਤਾਂ ਸਾਡੇ ਪਿੰਡਾਂ ਦੇ ਦੁਆਲੇ ਲਿਫਾਫੇ ਖਿਲਰੇ ਰਹਿਣੇ ਆ, ਸਾਡੇ ਪਿੰਡਾਂ ਚ ਪੀਣ ਵਾਲੇ ਪਾਣੀ ਨਹੀਂ ਲੱਭਣੇ, ਫਿਰ ਸਾਨੂੰ ਭਵਿੱਖ ਦੇ ਵਿੱਚ RTA ਦੇ ਰਾਹੀਂ ਸਮਾਨ ਪਾਉਣੇ ਪੈਣੇ ਆ ਕਿ ਭਾਈ ਦੱਸੋ ਤਾਂ ਕਿੰਨੀ ਕੁ ਗ੍ਰਾਂਟ ਆ ਗਈ, ਕਿੰਨੀ ਕੁ ਪਿੰਡ ਤੇ ਲੱਗੀ ਤੇ ਕਿੰਨੀ ਕੁ ਘਰ ਤੇ ਲੱਗੀ ਹੈ। ਸੋ ਚੰਗੇ ਤਰੀਕੇ ਦੇ ਨਾਲ ਪੰਜਾਬ ਦੇ ਪਿੰਡਾਂ ਨੂੰ, ਸੱਚੀ ਮੁੱਚੀ ਪੰਜਾਬ ਦੇ ਪਿੰਡ ਬਣਾਈ ਰੱਖਣ ਦੇ ਲਈ ਐਤਕੀ ਚੰਗੇ ਤਰੀਕੇ ਪੰਚ ਸਰਪੰਚ ਚੁਣੀਏ ਤਾਂ ਸ਼ਾਇਦ ਸੁਧਾਰ ਦੀ ਆਸ ਜਿਹੜੀ ਹੈ ਥੋੜੀ ਬਹੁਤ ਸ਼ੁਰੂ ਹੋ ਵੀ ਸਕਦੀ ਹੈ। ਬਾਠ ਸਾਹਿਬ ਥੋੜੀ ਬਹੁਤ ਤਾਂ ਕੀ ਰੱਖੀਏ ਜੀ, ਮੀਟਰ ਆਪਾਂ ਦੁਕਾਨ ਲਗਾਉਣਾ ਵੀ ਨਹੀਂ, ਕਿਉਂਕਿ ਅੱਜ ਵੀ ਮੈਂ ਇੱਕ ਪਿੰਡ ਦੇ ਵਿੱਚੋਂ ਆਇਆ, ਰਿਸ਼ਤੇਦਾਰੀ ਚ ਇੱਕ ਪਾਠ ਦਾ ਭੋਗ ਸੀ ਤੇ ਉੱਥੇ ਮੇਰੇ ਇੱਕ ਗੱਲ ਬੜੀ ਦਿਮਾਗ ਦੇ ਵਿੱਚ ਆਈ ਕਿ ਅਸੀਂ ਤਾਂ ਸੋਚ ਰਹੇ ਹਾਂ ਕਿ ਭਵਿੱਖ ਬਦਲ ਲਾਂਗੇ, ਇਹ ਕਰ ਦਾਂਗੇ, ਉਹ ਕਰ ਦਾਂਗੇ। ਪਿੰਡ ਦੇ ਵਿੱਚ ਮੈਕਸੀਮਮ ਅਸੀਂ ਜਿਹੜੇ ਹੁਣ ਸੁਣ ਰਹੇ ਨੇ ਸਾਨੂੰ ਪੰਜਾਬੀ ਆ ਔਰ ਸਿੱਖ ਧਰਮ ਨੂੰ ਮੰਨਣ ਵਾਲੇ ਲੋਕ ਆ, ਤੇ ਸਾਡੇ ਕੋਲ ਇੱਕ ਚੱਜ ਦਾ ਗ੍ਰੰਥੀ ਤਾਂ ਰੱਖਿਆ ਨਹੀਂ ਜਾਂਦਾ, ਉਹਦੇ ਤਾਂ ਪੰਚਾਇਤੀ ਚੋਣਾਂ ਵੀ ਨਹੀਂ ਹੋਣੀਆਂ ਹੁੰਦੀਆਂ, ਵੋਟਾਂ ਵੀ ਨਹੀਂ ਪੈਣੀਆਂ ਹੁੰਦੀਆਂ, ਸਿਰਫ ਪੜ੍ਹਿਆ ਲਿਖਿਆ ਦੇਖਣਾ ਹੁੰਦਾ ਜਾਂ ਇਹ ਦੇਖਣਾ ਚਾਹੀਦਾ ਕਿ ਇਹਦਾ ਸ਼ਬਦ ਉਚਾਰਨ ਸਹੀ ਹੈ। ਅੱਜ ਜਿਹੜਾ ਬੰਦਾ ਅਰਦਾਸ ਕਰੇ ਉਹ ਉਹਦੇ ਚ ਇੰਨੀਆਂ ਕੁ ਗਲਤੀਆਂ, ਤੇ ਕਹਿਣ ਵਾਲਾ ਤਾਂ ਫਿਰ ਕਿਹਨੇ ਕਹਿਣਾ ਹੁੰਦਾ ਵੀ ਗੁਰੂ ਘਰ ਦਾ ਨਾ ਲੰਗਰ ਨਿੰਦਣਾ ਤੇ ਗ੍ਰੰਥੀ ਨੂੰ ਤਾਂ ਨਿੰਦਣਾ ਹੀ ਕੀ ਹੈ। ਤੇ ਜਦੋਂ ਅਸੀਂ ਸਾਡੀ ਕੌਮ ਦਾ ਜਿਹੜਾ ਸਭ ਤੋਂ ਅਹਿਮ ਪ੍ਰਚਾਰਕ ਗਿਣਿਆ ਜਾਂਦਾ ਗ੍ਰੰਥੀ, ਕਿਉਂਕਿ ਸਵੇਰੇ ਅਸੀਂ ਉੱਠਦੇ ਹਾਂ ਗ੍ਰੰਥ ਕੋਈ ਜਗਾਉਂਦਾ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਜਾਗੋ ਭਾਈ, 4 ਵੱਜ ਗਏ, ਅੰਮ੍ਰਿਤ ਵੇਲਾ ਹੋ ਗਿਆ, ਤੇ ਜੇ ਉਹਦੇ ਪਿੜ ਪੱਲੇ ਕੁਛ ਨਹੀਂ ਤੇ ਫਿਰ ਸਾਡੇ ਪੱਲੇ ਕੀ ਰਹੂਗਾ? ਸੁਖਰੈਬ ਜੀ ਇਹ ਗੱਲ ਬਿਲਕੁਲ ਸਿਰੇ ਦੀ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਦੇਖੋ ਸਵੇਰੇ ਉੱਠ ਕੇ ਜਗਾਉਣਾ ਸਾਨੂੰ ਹਾਕਾਂ ਮਾਰਨੀਆਂ ਕਿ ਭਾਈ ਹੁਣ ਸਮਾਂ ਹੋ ਗਿਆ ਉੱਠੀਏ, ਉਹ ਤਾਂ ਬਹੁਤ ਵੱਡੀ ਗੱਲ ਹੈ ਨਾ। ਮੈਨੂੰ ਜਿਹੜੀ ਗੱਲ ਲੱਗਦੀ ਹੈ ਕਿ ਗ੍ਰੰਥੀ ਸਿੰਘ ਸਭ ਤੋਂ ਅਹਿਮ ਪੜਾ, ਮੈਂ ਕਹਿੰਦਾ ਕਿ ਤੁਸੀਂ 25 ਲੱਖ ਦੀ, 30 ਲੱਖ ਦੀ, 35 ਲੱਖ ਦੀ ਬੱਸ ਲੈ ਲਓ, ਉਹਦੇ ਟਾਇਰ ਲਾ ਦਿਓ, ਜਿੰਨੀ ਮਰਜ਼ੀ ਸੋਹਣੀ ਬੱਸ ਹੋਵੇ ਕੁਛ ਚੜੂ ਵਿੱਚ,
ਕੋਈ ਨੀ ਚੜੂ, ਤੁਸੀਂ ਜਹਾਜ਼ ਬਣਾ ਲਓ। ਜਹਾਜ਼ ਨੇ ਵੀ ਜਦੋਂ ਜ਼ਮੀਨ ਤੇ ਉਤਰਨਾ ਤੇ ਪੈਰ ਕੱਢਣੇ ਪੈਂਦੇ ਆ ਜੀ। ਬੰਦਾ ਜਿੰਨਾ ਮਰਜ਼ੀ ਸੋਹਣਾ ਹੋਵੇ, ਕੋਟ ਪੈਂਟ ਬਣਾ ਦਿਓ ਪਾ ਦਿਓ, ਤੇ ਮੇਰੀਆਂ ਜੇ ਲੱਤਾਂ ਤੋੜ ਦਿਓਗੇ ਤਾਂ ਭਾਵੇਂ ਟਾਈ ਜਿੰਨੀ ਮਰਜ਼ੀ ਸੋਹਣੀ ਲਾ ਦੋਵੇ, ਤੂੰ ਤੁਰਿਆ ਥੋੜੀ ਜਾਣਾ ਜੀ। ਉਹ ਲੱਤਾਂ ਨੇ ਭਾਈ, ਉੱਥੇ ਸਿੱਖ ਧਰਮ ਨੇ ਜਾਂ ਕਿਸੇ ਵੀ ਧਰਮ ਨੇ ਆਪਣੇ ਸਭ ਤੋਂ ਮੁੱਢਲੇ ਪ੍ਰਚਾਰਕ ਦੇ ਮੁੱਦੇ ਤੇ ਖੜੇ ਹੋਣਾ। ਅਸੀਂ ਗੁਰੂ ਘਰ ਕਾ ਵਜ਼ੀਰ ਕਹਿੰਦੇ ਹਾਂ। ਮੈਂ ਕਈ ਪਿੰਡਾਂ ਦੇ ਵਿੱਚ ਜਾ ਕੇ ਰਿਸ਼ਤੇਦਾਰੀਆਂ ਮਿੱਤਰਾਂ ਜਿੱਥੇ ਕਿਤੇ ਜਾਣਾ ਪੈਂਦਾ, ਅਕਸਰ ਵੈਸੇ ਹੀ ਗੱਲ ਨੋਰਮਲੀ ਚੱਲ ਪੈਂਦੀ ਹੈ ਜੀ, ਅੱਜ ਪਿੰਡ ਦੇ ਵਿੱਚ ਰੌਲਾ ਰੱਪਾ ਕਾਹਦਾ ਪੈਂਦਾ। ਮੈਂ ਇੱਕ ਪਿੰਡ ਚ ਗਿਆ ਸੀ, ਇਹ ਸਾਲ ਪਹਿਲਾਂ ਦੀ ਗੱਲ, ਕਹਿੰਦੇ ਜੀ ਅੱਜ ਭਾਈ ਕੱਢਣਾ ਜੀ। ਕਮਾਲ ਹੋ ਗਿਆ, ਇਹ ਕੋਈ ਕੀ ਸ਼ਬਦ ਹੋਇਆ ਕਿ ਅੱਜ ਭਾਈ ਕੱਢਣਾ? ਉਹ ਨਹੀਂ ਜੀ, ਉਹ ਲੰਗਰ ਲੈਣ ਤੁਰੇ ਰਹਿੰਦੇ ਆ ਜੀ, ਉਹ ਏਦਾਂ ਕਰਦੇ ਆ ਜੀ, ਏਦਾਂ ਕਰਦੇ ਆ। ਮੈਂ ਕਿਹਾ ਤਨਖਾਹ ਕਿੰਨੀ ਆ? 3500। ਨਿਆਣੇ ਕਿੰਨੇ ਨੇ ਉਹਦੇ? 3। ਹੁਣ ਜਦੋਂ ਅਸੀਂ ਗ੍ਰੰਥੀ ਸਿੰਘ ਨੂੰ ਤਨਖਾਹ 3500 ਦੇਣੀ ਆ, ਮੈਂ ਕਹਿੰਦਾ 15000 ਵੀ ਥੋੜੀ ਹੈ ਜੀ। ਗ੍ਰੰਥੀ ਸਿੰਘ ਨੂੰ ਜੇ ਆਪਾਂ ਗੁਰੂ ਘਰ ਦੇ ਉੱਤੇ ਕਰੋੜ ਰੁਪਈਆ ਲਾ ਲਿਆ ਨਾ, ਗ੍ਰੰਥੀ ਸਿੰਘ ਨੂੰ ਤਨਖਾਹ ਦਿਓ ਪੂਰੀ। ਜੇ ਗ੍ਰੰਥੀ ਸਿੰਘ ਦਾ ਉਚਾਰਨ ਆਪਣਾ ਸ਼ੁੱਧ ਨਹੀਂ ਨਾ ਹੈਗਾ, ਗ੍ਰੰਥੀ ਸਿੰਘ ਦੀਆਂ ਆਪ ਕੋਲੋਂ ਪੈਸੇ ਦੇ ਕੇ 6 ਮਹੀਨੇ ਕਲਾਸਾਂ ਲਵਾ ਦਿਓ, ਕਿਉਂਕਿ ਅਸੀਂ ਇੱਕ ਗ੍ਰੰਥੀ ਸਿੰਘ ਨੂੰ ਆਪਣੇ ਪਿੰਡ ਦੇ ਵਿੱਚ ਨਹੀਂ ਰੱਖਾਂਗੇ ਕਿ ਭਾਈ ਤੇਰਾ ਉਚਾਰਨ ਸ਼ੁੱਧ ਨਹੀਂ, ਕੀਰਤਨ ਚੰਗਾ ਨਹੀਂ ਆਉਂਦਾ, ਵਿਆਖਿਆ ਠੀਕ ਨਹੀਂ ਆਉਂਦੀ, ਉਹ ਸਾਡੇ ਪਿੰਡੋਂ ਜਾਊ ਕਿਸੇ ਹੋਰ ਪਾਸੇ, ਅਗਲੇ ਨੇ ਲੰਗਰ ਤਾਂ ਛਕਣਾ ਨਾ। ਇਹ ਨਹੀਂ ਪਤਾ ਕਿ ਬਾਈ ਚੋਇਸ ਗ੍ਰੰਥੀ ਸਿੰਘ ਹੈ ਜਾਂ ਬਾਈ ਚਾਂਸ ਗ੍ਰੰਥੀ ਸਿੰਘ ਹੈ, ਕਿਉਂਕਿ ਇਸ ਵੇਲੇ ਇਹ ਵੀ ਹੁੰਦਾ ਨਾ ਕਿ ਭਾਈ ਚਲੋ ਗ੍ਰੰਥੀ ਬਣ ਜਾਓ, ਪਾਠ ਸਿੱਖ ਲਾ ਬਈ ਤੂੰ ਕਰਨਾ, ਭਾਵਨਾ ਨਹੀਂ ਹੁੰਦੀ ਉਹੀ ਗ੍ਰੰਥੀ ਬਣੂਗਾ ਜੀ। ਹੁਣ ਦੇਖੋ ਸਰਕਾਰ ਅਸੀਂ ਪੂਰਾ ਕਰਦੇ ਹਾਂ, ਆਪਾਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿੰਦੇ ਕਿ ਭਾਈ ਸਾਰੇ ਗ੍ਰੰਥੀ ਸਿੰਘ ਨਾ ਮਾੜੇ ਨੇ ਨਾ ਚੰਗੇ ਨੇ, ਪਰ ਇਹ ਗੱਲ ਆਪਣੇ ਆਪ ਵਿੱਚ ਮਹੱਤਵਪੂਰਨ ਹੈ ਕਿ ਕਈ ਵਾਰ ਇਹ ਗੱਲ ਵੇਖਣ ਚ ਆਉਂਦੀ ਹੈ ਕਿ ਜੇ ਗ੍ਰੰਥੀ ਸਿੰਘ ਛੇਤੀ ਚਲੇ ਗਏ, ਕਿਉਂ ਚਲੇ ਗਏ? ਗੁਆਂਢੀਆਂ ਦੇ ਪਿੰਡ ਜਾ ਕੇ ਉਹਨਾਂ ਰੌਲ ਲਾਉਣੀ ਸੀ, ਉੱਥੇ ਵੀ ਅਖੰਡਪੁਰ ਸਾਹਿਬ ਦੇ ਵਿੱਚੋਂ 5 ਪਾਠੀਆਂ ਚ ਇੱਕ ਨੇ, ਅੱਗੇ ਛੇਤੀ ਕਿਉਂ ਚਲੇ ਗਏ? ਆਪਾਂ ਦੇਣਾ ਰੁਪਈਆ 4000, ਨਿਆਣੇ ਉਹਨੇ 3 ਪਾਲਣੇ ਆ, ਤੇ ਕਮੇਟੀ ਵਾਲੇ ਕਦੇ ਕਹਿਣਗੇ ਕਿ ਭਾਈ ਗੁਰਕ ਦਾ ਚੜਾਵਾ ਸਾਡਾ ਤੇ ਤੇਰਾ ਇੰਨਾ, ਕਦੇ ਕਹਿਣਗੇ ਕਿ ਭਾਈ ਸੰਗਰਾਂਦ ਵਾਲੇ ਦਿਨ ਇੰਨੇ ਪੈਸੇ ਤੇਰੇ? ਦੋ ਬੰਦੇ ਕਮੇਟੀ ਵਾਲੇ, ਮੈਂ ਕਈ ਵਾਰੀ ਵੇਖਿਆ ਕਿ ਗ੍ਰੰਥੀ ਸਿੰਘ ਦੇ ਹੱਥ ਦੇ ਵਿੱਚ ਕਿੰਨੇ ਲੋਕਾਂ ਨੇ ਅਰਦਾਸ ਕਰਾਈ ਦੇ ਪੈਸੇ, ਤੇ ਉਹੀ ਅੱਖਾਂ ਅਗਣ ਚਲ ਕਰੇਂਗੇ। ਹੋ ਸਕਦਾ ਗ੍ਰੰਥੀ ਸਿੰਘਾਂ ਦੀਆਂ ਬਹੁਤੀਆਂ ਗਲਤੀਆਂ ਵੀ ਹੋਣ, ਪਰ ਜਿੰਨੀ ਦੇਰ ਗ੍ਰੰਥੀ ਸਿੰਘ ਦਾ ਪਰਿਵਾਰ ਵਿੱਤੀ ਮੁਸ਼ਕਲਾਂ ਦੇ ਵਿੱਚੋਂ ਅਸੀਂ ਬਾਹਰ ਨਹੀਂ ਕੱਢਦੇ, ਉਹਦੇ ਬੱਚਿਆਂ ਦੀ ਐਜੂਕੇਸ਼ਨ ਦੇ ਵੱਲ ਧਿਆਨ ਨਹੀਂ ਦਿੰਦੇ, ਉਹਦੇ ਰਹਿਣ ਸਹਿਣ ਦਾ ਪੱਧਰ ਨਹੀਂ ਵੇਖਦੇ, ਉਨੀ ਦੇਰ ਉਹ ਗੁਰੂ ਘਰ ਦਾ ਵਜ਼ੀਰ ਕਿਵੇਂ? ਮੈਂ ਤਾਂ ਕਹਿੰਦਾ ਗ੍ਰੰਥੀ ਸਿੰਘ ਛੋਟੇ ਬੱਚੇ ਜਿਹੜੇ ਹੁੰਦੇ ਨੇ ਉਹ ਗੁਰੂ ਘਰ ਜ਼ਰੂਰ ਜਾਂਦੇ ਆ, ਜੇ ਪਿੰਡ 'ਚ ਮੰਦਿਰ ਹੋਵੇ ਉੱਥੇ ਵੀ ਜਾਂਦੇ ਆ, ਉੱਥੇ ਉਹਨਾਂ ਦਾ ਧਰਮ ਦੇ ਨਾਲ ਪਹਿਲਾਂ ਵਾਹ ਪੈਂਦਾ ਆਪਣੇ ਪਰਿਵਾਰ ਤੋਂ ਬਿਨਾਂ। ਉੱਥੇ ਜੇ ਗ੍ਰੰਥੀ ਸਿੰਘ ਚੰਗਾ ਹੋਏਗਾ ਨਾ, ਬੱਚਿਆਂ ਨੂੰ ਸ਼ੁੱਧ ਉਚਾਰਨ ਵੀ ਸਿਖਾਊ, ਬੱਚਿਆਂ ਨੂੰ ਕੀਰਤਨ ਦੀ ਮੁੱਢਲੀ ਟ੍ਰੇਨਿੰਗ ਵੀ ਦੇ ਦੂ, ਬੱਚੇ ਨੂੰ ਚੰਗੀ ਵਿਆਖਿਆ ਵੀ ਦੇ ਦੂ, ਤੇ ਜੇ ਗ੍ਰੰਥੀ ਸਿੰਘ ਨੂੰ ਅਸੀਂ ਕਈ ਤਰ੍ਹਾਂ ਤੋਂ ਸੁਰੱਖਿਅਤ ਕਰਕੇ ਰੱਖਣਾ, ਉਹਦੇ ਸ਼ੁੱਧ ਉਚਾਰਨ ਦੇ ਨਾਲ ਬੱਚਿਆਂ ਨੇ ਵੀ ਉਹ ਸ਼ੁੱਧ ਉਚਾਰਨ ਸਿੱਖਣਾ, ਉਹਦੀ ਉਸ ਤਰ੍ਹਾਂ ਦੀ ਆਪਣੀ ਕੱਚ ਘੜ ਵਿਆਖਿਆ ਦੇ ਨਾਲ ਬੱਚੇ ਨੂੰ ਧਰਮ ਦੀ, ਗ੍ਰੰਥ ਦੀ, ਗ੍ਰੰਥ ਦੀ ਬਾਣੀ ਦੀ, ਸ਼ਬਦਾਂ ਦੀ ਗਲਤ ਵਿਆਖਿਆ ਸਾਰੀ ਉਮਰ ਉਹਦੇ ਮਨ 'ਚ ਰਹਿਣੀ ਹੈ। ਮੈਨੂੰ ਕਦੇ ਕਦੇ ਇਹ ਵੀ ਲੱਗਦਾ ਹੁੰਦਾ ਅੱਜ ਜੇ ਪੰਜਾਬ ਦੀ ਨੌਜਵਾਨ ਪੀੜ੍ਹੀ ਜਾਂ ਬੱਚਿਆਂ ਦਾ ਇੱਕ ਬਹੁਤ ਵੱਡਾ ਵਰਗ ਜਿਹੜਾ ਅੱਜ ਧਰਮ ਦੇ ਨਾਲ ਥੋੜਾ ਥੋੜਾ ਬੇਮੁੱਖ ਹੋ ਰਿਹਾ, ਉਹਦੇ ਪਿੱਛੇ ਕਾਰਨ ਇਹ ਵੀ ਹੈ ਕਿ ਅਸੀਂ ਜਿਹੜੇ ਗ੍ਰੰਥੀ ਸਿੰਘ ਆਪਣੇ ਗੁਰੂ ਘਰਾਂ ਦੇ ਵਿੱਚ ਰੱਖੇ ਆ, ਨਾ ਤਾਂ ਪੂਰਾ ਮਾਣ ਸਤਿਕਾਰ ਦਿੰਦੇ ਆ, ਤੇ ਨਾ ਹੀ ਉਹ ਮੌਜੂਦਾ ਸਮੇਂ ਦੀਆਂ ਸਮਾਜਿਕ ਸਥਿਤੀਆਂ ਦੇ ਨਾਲ ਸਾਡੇ ਧਰਮ ਨੂੰ ਜੋੜ ਕੇ ਰੈਲੇਵੈਂਟ ਜਿਹਾ ਕਰਕੇ ਜਿਹੜਾ ਉਹ ਨੌਜਵਾਨ ਪੀੜ੍ਹੀ ਨੂੰ ਦੱਸਣ 'ਚ ਕਾਮਯਾਬੀ ਹੋ ਪਾ ਰਹੇ ਆ। ਗੱਲ ਤਾਂ ਇਹੀ ਵੱਡੀ ਹੈ ਜੀ। ਤੇ ਵਾਟ ਸਾਹਿਬ ਅਗਲੀ ਗੱਲ ਕਰ ਲਈਏ, ਰਾਜਸਥਾਨ ਤੇ ਤੇਲੰਗਾਨਾ ਦੇ ਵਿੱਚ ਪੈ ਗਏ ਜੀ ਵੋਟਾਂ, ਤੇ ਉਹ ਦੂਸਰਾ ਕਾਮਯਾਬੀ ਹੋ ਗਿਆ ਹੋਊਗਾ ਚੋਣ ਸਰਵੇ ਤੋਂ ਬਾਅਦ? ਇੱਕ ਹੋਰ ਕਹਿੰਦੇ ਹੁੰਦੇ ਭਾਈ ਆਹ ਜਿੱਤੂ ਆ ਹਾਰੂ। ਸੁਖਨੈਬ ਜੀ, ਅੱਜ ਵੋਟਾਂ ਪੈਣ ਤੋਂ ਬਾਅਦ ਵਾਲਾ ਕੰਮ, ਐਗਜ਼ਿਟ ਪੋਲ ਵਾਲਾ ਜਿਹੜਾ ਉਹ ਸ਼ੁਰੂ ਹੋ ਗਿਆ ਜੀ ਕੰਮ, ਹੁਣ ਇਸ ਵੇਲੇ ਪੂਰਾ ਕੰਮ ਸਿਖਰਾਂ ਤੇ ਆ। ਪਹਿਲਾਂ ਆਪਾਂ ਦੋ ਸੂਬਿਆਂ ਦੀ ਥੋੜੀ ਜਿਹੀ ਗੱਲ ਕਰ ਲੈਂਦੇ, ਵੋਟਾਂ ਕਿੰਨੀਆਂ ਕੁ ਪਈਆਂ ਕਿੰਨੀਆਂ ਕੁ ਨਹੀਂ। ਰਾਜਸਥਾਨ ਦੀਆਂ ਕੁੱਲ 200 ਸੀਟਾਂ, ਜਿਹੜੇ 101 ਲੈ ਗਏ ਉਹਨਾਂ ਦੀ ਸਰਕਾਰ ਬਣਨੀ ਆ, ਪਰ ਇੱਕ ਸੀਟ ਜਿਹੜੀ ਹੈ ਉੱਥੇ ਵੋਟਾਂ ਪੈ ਨਹੀਂ ਸਕੀਆਂ। ਆਪਾਂ ਬੀਤੇ ਕੱਲ ਵੀ ਗੱਲ ਕੀਤੀ ਸੀ ਕਿ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਦੀ ਅਚਾਨਕ ਮੌਤ ਹੋ ਗਈ, ਇਸ ਕਰਕੇ ਉੱਥੇ ਵੋਟਾਂ ਬਾਅਦ 'ਚ ਪੈਣਗੀਆਂ। 199 ਸੀਟਾਂ ਦੇ ਉੱਤੇ ਜਿਹੜੀ ਆਖਰੀ ਸੂਚਨਾ ਮਿਲੀ ਸੀ ਇਲੈਕਸ਼ਨ ਕਮਿਸ਼ਨ ਵੱਲੋਂ, 72% ਵੋਟਾਂ ਪਈਆਂ, ਇੱਕ ਚੰਗੀ ਰੇਸ਼ੋ ਆ, ਮਾੜੀ ਨਹੀਂ ਹੈ। ਪਰ ਦੂਸਰੇ ਪਾਸੇ ਪਿਛਲੀ ਵਾਰੀ ਇਹ 74.3% ਵੋਟਾਂ ਪਈਆਂ ਸੀ। ਹੋ ਸਕਦਾ ਕਿ ਹੋਰ 2 ਘੰਟਿਆਂ ਤੱਕ ਜਦੋਂ ਬਿਲਕੁਲ ਆਖਰੀ ਮੌਕੇ ਦੇ ਉੱਤੇ ਜਾ ਕੇ ਆਖਰੀ ਸੂਚਨਾ ਇਲੈਕਸ਼ਨ ਕਮਿਸ਼ਨ ਨੇ ਜਾਰੀ ਕਰਨੀ ਹੈ, ਉਹਦੇ ਵਿੱਚ ਕੋਈ 0.5% ਦਾ ਫਰਕ ਵੀ ਆ ਜਾਏ, ਪਰ ਮੌਜੂਦਾ ਅੰਕੜਿਆਂ ਦੇ ਮੁਤਾਬਕ ਰਾਜਸਥਾਨ ਦੇ 2.5% ਲੋਕਾਂ ਨੇ ਪਿਛਲੀ ਵਾਰ ਦੇ ਮੁਕਾਬਲਤਨ ਵੋਟਾਂ ਘੱਟ ਪਾਈਆਂ। ਦੂਸਰੇ ਪਾਸੇ ਤੇਲੰਗਾਨਾ ਦੇ ਵਿੱਚ ਤਕਰੀਬਨ 67% ਵੋਟਾਂ ਪਈਆਂ,
जो आखिरी खबर सी उत्थे 69% वोटा पिछली बारी पईआं सी 2% घट गईआं उत्थे भी अजे हेरफेर हो सकता कुछ एक थावां दे उत्ते ईवीएम मशीना दे विच गड़बड़ी दीआं भी खबर आईआं सीकर दे फतेहपुर दे विच दो धड़े वोटा पाउण दे मुद्दे ते आपस च झड़प पै झगड़ा हो गया एक बस तोड़ दित्ती दो तीन मोटरसाइकलों अग ला दित्ती छे क बंदे जिहड़े है उह पोकरण विधानसभा खेत्र दे लाठी पिंड दे विच आपस च भिड़े ते जख्मी हो गए उत्थे भी दो वहीकल जिहड़े है उहनां नूं अग ला दित्ती इहदे तों इलावा राजस्थान विच किते भी कोई माड़ी घटना जिहड़ी उह नहीं घटी इह चंगी गल है हुण 11 तरीक नूं दुपहरे 2:30 बजे तक सारे नतीजे जिहड़े है उह सामने आ जाणे है 30 ईवीएम ते वीवी पैट मशीनां खराब होईआं इदां दा रौला रप्पा पिया इहदे तों इलावा जे हुण आपां थोड़ी जिही गल जिहड़ी है तेलंगाना की कर लीए तो तेलंगाना दे विच भी अज सारा कुछ ठीक ठाक तरीके ना हो गया उत्थे 119 सीटा जिहड़ी पार्टी नूं 60 सीटा मिल गईआं उस पार्टी की जित हो जाणी है ते हुण देखदे आ कि 1800 तों वध उत्थे उम्मीदवार ने किहनूं किन्नीआं वोटां पैंदीआं ते किहड़ा किस ढंग दे नाल जित प्राप्त करके अगे वधदा हुण आपां गल कर लईए एग्जिट पोल की वोटां पैण तों बाद तुरंत बाद जिहड़े लोक बाहर निकलदे ने क्योंकि पहलां तां पाबंदी लगी हुंदी ना कि तुसीं नहीं दस सकदे जी उहदे मुताबक राजस्थान जिहड़ा उह किते ना किते कांग्रेस पार्टी की झोली च जांदा नजर आ रिहा पिछली बारी 200 सीटां दे विचों राजस्थान दे विच कांग्रेस पार्टी नूं बहुत घट सिर्फ 21 सीटां मिलियां सी ते 163 सीटां भारतीय जनता पार्टी जित गई पर ऐतकी जिहड़े हुण एग्जिट पोल सामने आए ने मैं फिर कह दां कि भारत दे विच बहुती वार एग्जिट पेल फेल हुंदे रहे ने एग्जिट पोल जिहड़े आ पर ऐतकी टाइम्स नाउ वालिआं ने 200 दे विचों 105 सीटां कांग्रेस नूं दित्तीआं इंडिया टुडे वालिआं ने 140 सीटां कांग्रेस नूं देतीआं 200 चों एबीपी वालिआं ने 101 दित्तीआं रिपब्लिक वालिआं ने भी जिताई है कांग्रेस न्यूज़ नेशन ने भी जिताई है न्यूज़ 24 ने भी जिताई है कहण दा भाव कि एक भी सर्वेखण इदां दा नहीं आया जिहदे विच राजस्थान च कांग्रेस नूं हारदी दस्सिआ होवे इस करके लगदा है कि बीजेपी दे हत्थों इह सूबा खिसक जाणा मध्य प्रदेश इह उह सूबा जिथे भारतीय जनता पार्टी की सरकार है एक महीना पहलां तक लगदा सी कि भारतीय जनता पार्टी ने इत्थे मूधड़े मूंह डिग पैणा पर इदां नहीं होया बिल्कुल बराबर का मुकाबला टाइम्स नाउ वालिआं ने तो भारतीय जनता पार्टी ने उत्थे 230 दे विचों 126 सीटां दे के वमत तों 10 सीटां वध दित्तीआं इंडिया टुडे वालिआं ने भी बराबर का मैच रखिया 2 सीटां कांग्रेस दीआं उत्थे वध विखाईआं एबीपी वालिआं ने कांग्रेस नूं जेतू दिखाया रिपब्लिक वालिआं ने बीजेपी नूं जेतू दिखाया न्यूज़ नेशन ने बराबर दिखाया दोनों नूं न्यूज़ 24 ने कांग्रेस पार्टी उत्थे जिताई है टुडे चाणक्या ने भी कांग्रेस जिताई है इहदा मतलब है कि इत्थे बिल्कुल 50-50 दा मुकाबला 0.5% भी वोटां अगे पिछे होईआं तां समझ लो कि कम ठा हो गया तीसरे पासे छत्तीसगढ़ एक ऐसा सूबा सरकार उत्थे भी भारतीय जनता पार्टी दी सी पर मुकाबला उत्थे भी फस गया पर इन्नी गल पक्की है कि जे छत्तीसगढ़ विच भारतीय जनता पार्टी सरकार रिपीट करती है जे भारतीय जनता पार्टी की सरकार दोबारा बनती है उन्होंने उस वेले जाके सीधा सल्यूट बहुजन समाज पार्टी की सुप्रीमो मायावती जेडे उत्थे एक कांग्रेस पार्टी चो निकल के जनता कांग्रेस बनाई सी योगी ने वो योगी जड़ा जीत योगी ओदी गठजोड़ जी मायावती था ओदा क्योंकि उत्थे 90 सीटां चो जिन्हों 46 मिल गई बहुमत है हुण अद्धे के जेडे चैनल ने उन्होंने भारतीय जनता पार्टी एग्जिट पोल दे विच बहुमत दिता ते अद्धे ने कांग्रेस नूं पर जिथे जिथे कांग्रेस पार्टी हारी है ते जिन्नीआं क सीटां दे नाल हारदी विखाई है उन्नीआं क सीटां उत्थे मायावती ते अजीत जोगी जिहड़े ने उन्हां दा गठजोड़ उत्थे बहुमत लिजा रिहा पर कुल मिला के हालात जिहड़े ने ना हालातां दे विचों इह साफ तौर ते नजर आउंदा है कि राजस्थान दे विच कांग्रेस जितदी नजर आ रही है छत्तीसगढ़ ते मध्य प्रदेश दे विच फसवां मुकाबला पर भावें कांग्रेस दीआं सरकारां बण ना बण पर पिछले 5 वरे पहलां जदों वोटां पईआं सी उहदे मुकाबले कांग्रेस पार्टी जिहड़ी है उह काफी ज्यादा वाधा दर्ज करदी नजर आ रही है जी। ਮਰ ਸਾਹਿਬ ਇੱਕ ਬ੍ਰੇਕ ਲੈ ਲਈਏ ਬ੍ਰੇਕ ਤੋਂ ਬਾਅਦ ਆਪਾਂ ਅਗਲੀ ਗੱਲਬਾਤ ਨੂੰ ਜਾਰੀ ਰੱਖਦੇ ਹਾਂ ਜੀ। ਲਓ ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਾਰੇ ਸੱਜਣਾਂ ਨੂੰ ਜੀ ਆਇਆਂ ਕਹਿ ਕੇ ਆਪਾਂ ਗੱਲ ਅੱਗੇ ਤੋਰਦੇ ਹਾਂ ਤੇ
ਜੌਲ ਹੋਰਾਂ ਨੇ ਕੇਸ ਕਰਾਤਾ ਹੈ ਜੀ ਦਰਜ। ਸੁਖਨੇਤ ਜੀ ਦੇਖੋ ਰੌਲਾ ਇਹ ਸੀ ਕਿ ਜਦੋਂ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਤਾਂ ਵਾਰ ਵਾਰ ਚਰਚਾ ਇਹ ਚੱਲਿਆ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਤੋਂ ਬਾਅਦ ਸਭ ਤੋਂ ਵੱਧ ਤਾਕਤਵਰ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਦੀ ਧਰਮ ਪਤਨੀ ਦੇ ਭਾਈ ਸਾਹਿਬ ਬਿਕਰਮ ਸਿੰਘ ਮਜੀਠੀਆ ਸਾਹਿਬ ਨੇ। ਜਦੋਂ ਸਰਕਾਰ ਬਦਲ ਗਈ ਮਨਪ੍ਰੀਤ ਸਿੰਘ ਬਾਦਲ ਸਾਹਿਬ ਵਿੱਤ ਮੰਤਰੀ ਬਣ ਗਏ, ਆਮ ਹੀ ਚਰਚਾ ਚੱਲ ਪਈ ਸੀ ਕਿ ਉਹ ਹਲਕੇ ਚ ਘੱਟ ਆਉਂਦੇ ਨੇ ਤੇ ਉਹਨਾਂ ਦੇ ਪਿੱਛੋਂ ਉਹਨਾਂ ਦੀ ਧਰਮ ਪਤਨੀ ਬੀਬੀ ਵੀਨੂ ਬਾਦਲ ਦੇ ਭਰਾ ਜਿਹੜੇ ਜੈਜੀਤ ਸਿੰਘ ਜੌਲ ਨੇ ਜੋ ਜੋ ਉਹ ਸਾਰਾ ਕੰਮ ਕਰ ਵੇਖਦੇ ਆ। ਚਲੋ ਫਿਰ ਅਚਾਨਕ ਇੱਕ ਖਬਰ ਆਈ ਕਿ ਬਠਿੰਡੇ ਦੀ ਰਿਫਾਇਨਰੀ ਦੇ ਵਿੱਚ ਪੈਟਰੋਕੈਮੀਕਲ ਯੂਨਿਟ ਬਣ ਰਿਹਾ, ਬਹੁਤ ਵੱਡਾ ਪ੍ਰੋਜੈਕਟ ਹੈ, ਕਈ ਵੱਖਰੀਆਂ ਵੱਖਰੀਆਂ ਵੱਡੀਆਂ ਕੰਪਨੀਆਂ ਨੂੰ ਠੇਕਾ ਦਿੱਤਾ, ਰੇਤਾ ਬਜਰੀ ਕਾਫੀ ਚਾਹੀਦੀ ਹੈ ਤੇ ਰੇਤਾ ਬਜਰੀ ਦੇ ਟਰੱਕ ਟਿੱਪਰ ਜਦੋਂ ਜਾਂਦੇ ਆ ਤਾਂ ਅਗਲੇ ਟੈਂਟ ਲਾ ਕੇ ਬੈਠੇ ਤੇ ਡਾਂਗ ਦੇ ਸਿਰ ਦੇ ਉੱਤੇ ਟਰੱਕ ਰੋਕ ਕੇ 15,000 ਰੁਪਇਆ ਪ੍ਰਤੀ ਟਰੱਕ ਉਦਾਂ ਹੀ ਵਸੂਲੀ ਜਾਂਦੇ ਬਾਹਰ, ਕੋਈ ਰਸੀਦ ਨੀ, ਕੋਈ ਕੁਝ ਨੀ, ਕੁਝ ਸਰਕਾਰੀ ਕੰਮ ਨੀ, ਕੁਝ ਨੀ ਹੈਗਾ ਏਦਾਂ ਦਾ, ਧੱਕਾ ਹੀ ਕਰਦੇ ਆ। ਫਿਰ ਇਹ ਵੀ ਪਤਾ ਲੱਗਾ ਕਿ ਉਸ ਰਿਫਾਇਨਰੀ ਦੇ ਅੰਦਰ ਉਹ ਜਿਹੜਾ ਸਕਰੈਪ ਜਾਂਦਾ ਉਹਦੇ ਟਰੱਕਾਂ ਨੂੰ ਰੋਕ ਕੇ ਵੀ ਪੈਸੇ ਵਸੂਲਦੇ ਆ। ਅਕਾਲੀ ਦਲ ਨੇ ਜਦੋਂ ਇਹ ਮੁੱਦਾ ਚੁੱਕਿਆ, ਸੁਖਬੀਰ ਸਿੰਘ ਬਾਦਲ ਸਾਹਿਬ, ਵਿਕਰਮ ਸਿੰਘ ਮਜੀਠੀਆ ਸਾਹਿਬ, ਡਾਕਟਰ ਦਲਜੀਤ ਸਿੰਘ ਚੀਮਾ ਤੇ ਅਕਾਲੀ ਦਲ ਦੇ ਕਈ ਹੋਰ ਲੀਡਰਾਂ ਨੇ ਕਿਹਾ ਸੀ ਕਿ ਅਸਲ ਦੇ ਵਿੱਚ ਇਹ ਮਨਪ੍ਰੀਤ ਸਿੰਘ ਬਾਦਲ ਦੇ ਸਾਲਾ ਸਾਹਿਬ ਜਿਹੜੇ ਆ ਉਹਨਾਂ ਦੇ ਕਹਿਣ ਦੇ ਉੱਤੇ ਸਾਰਾ ਕੰਮ ਹੁੰਦਾ, ਤੇ ਅਕਾਲੀ ਦਲ ਨੇ ਨਾਂ ਵੀ ਦੇਤਾ ਸੀ ਜੋ ਜੋ ਟੈਕਸ ਹੈ ਜੀ ਕਹਿੰਦੇ ਜੀ ਮਨਪ੍ਰੀਤ ਬਾਦਲ ਹੋਰਾਂ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਲ ਵਸੂਲਦੇ ਆ। ਚਲੋ ਇੱਕ ਬਹੁਤ ਵੱਡਾ ਰਫੜ ਸੀ, ਹਾਲਾਂਕਿ ਸਰਕਾਰ ਨੇ ਕਿਹਾ ਸੀ ਕਿ ਅਸੀਂ ਸਖਤੀ ਕਰਤੀ, ਦੇਖੋ ਤੰਬੂ ਤੰਬੂ ਚੁੱਕ ਦਿੱਤੇ, ਕੋਈ ਨੀ ਉੱਥੇ ਏਦਾਂ ਹੁੰਦਾ। ਇਹ ਉਹੀ ਮਸਲਾ ਸੀ ਜੇ ਇਸ ਮਸਲੇ ਦੇ ਵਿੱਚ ਪਹਿਲੀ ਵਾਰ ਪੰਜਾਬ ਦੇ ਵਿੱਚ ਰੇਤਾ ਤੇ ਬਜਰੀ ਟ੍ਰੇਨ ਦੇ ਰਾਹੀਂ ਆਈਆਂ ਸੀ। ਬੜਾ ਚਰਚਾ ਚੱਲਿਆ ਸੀ ਕਿ ਜਦੋਂ ਵੀ ਕਦੇ ਪੰਜਾਬ 'ਚ ਚੇਤੇ ਕੀਤਾ ਜਾਊਗਾ ਨਾ ਕਿ ਟ੍ਰੇਨ ਦੇ ਵਿੱਚ ਰੇਤਾ ਤੇ ਬਜਰੀ ਪਹਿਲੀ ਵਾਰੀ ਕਦੋਂ ਆਈ ਸੀ, ਕਹਿੰਦੇ ਉਦੋਂ ਵੀ ਜੈਜੀਤ ਸਿੰਘ ਜੌਲ ਦਾ ਚੇਤੇ ਆਊਗਾ ਤੇ ਨਾਲ ਮਨਪ੍ਰੀਤ ਸਿੰਘ ਬਾਦਲ ਦਾ ਚੇਤੇ ਆਊਗਾ। ਛੋਲੇ ਫਿਲਮਾਂ ਦਾ ਖਜ਼ਾਨਾ ਲਈ ਜਾਂਦੇ ਹੁੰਦੇ ਆ ਬਿਲਕੁਲ ਸੁਖਨੈਬ ਜੀ। ਹੁਣ ਉਹਦੇ ਤੋਂ ਬਾਅਦ ਦੇਖੋ ਕੀ ਹੋਇਆ, ਮਨਪ੍ਰੀਤ ਬਾਦਲ ਹੋਈ ਤੱਤੇ ਨੀ ਬੋਲਦੇ ਹੁੰਦੇ, ਉਹ ਉਹਨਾਂ ਦੇ ਖਿਲਾਫ਼ ਕਈ ਕੁਝ ਬੋਲਦੇ ਆ ਜਾਂਦਾ ਰਿਹਾ ਪਰ ਉਹ ਆਪਣੇ ਕੰਮ ਚ ਮਸਤ ਰਹਿੰਦੇ ਸੀ। ਪਰ ਜਦੋਂ ਜੈਜੀਤ ਜੌਲ ਦਾ ਇਸ ਪੱਧਰ ਤੇ ਨਾ ਆਇਆ ਤੇ ਸਭ ਤੋਂ ਪਹਿਲਾਂ ਬਿਆਨ ਜੈਜੀਤ ਜੌਲ ਦਾ ਆਇਆ ਸੀ ਕਿ ਮੈਂ ਕਾਨੂੰਨੀ ਤੌਰ ਤੇ ਨੋਟਿਸ ਭੇਜਣ ਜਾ ਰਿਹਾ, ਮੇਰੇ ਨੋਟਿਸ ਦਾ ਜਵਾਬ ਦੇ ਦੇਣ, ਨਹੀਂ ਤਾਂ ਮੈਂ ਕੇਸ ਕਰੂੰ। ਨੋਟਿਸ ਭੇਜਿਆ, ਦਿਨ ਲੰਘਿਆ, ਜਵਾਬ ਨੀ ਕਿਸੇ ਨੇ ਦਿੱਤਾ। ਉਹਨਾਂ ਨੇ ਬੀਬੀ ਹਰਸਿਮਰਤ ਕੌਰ ਬਾਦਲ, ਸੁਖਬੀਰ ਸਿੰਘ ਬਾਦਲ, ਮਜੀਠੀਆ ਸਾਹਿਬ, ਡਾਕਟਰ ਦਲਜੀਤ ਸਿੰਘ ਚੀਮਾ ਸਾਰਿਆਂ ਨੂੰ ਨੋਟਿਸ ਭੇਜੇ, ਕਿਸੇ ਨੇ ਜਵਾਬ ਨਹੀਂ ਦਿੱਤਾ। ਉਹਦੇ ਤੋਂ ਬਾਅਦ ਮਹੀਨੇ ਲੰਘ ਗਏ, ਜੈਜੀਤ ਸਿੰਘ ਜੌਲ ਨੇ ਕੋਈ ਕੇਸ ਨਹੀਂ ਸੀ ਕੀਤਾ। ਲੱਗਦਾ ਸੀ ਕਿ ਭਾਈ ਉਹ ਇੱਕ ਰੂਟੀਨ ਵਰਕ ਜਿਹਾ ਸੀ ਲੋਕਾਂ ਦੇ ਸਾਹਮਣੇ ਸੱਚੇ ਹੋਣ ਦਾ ਕਿ ਭਾਈ ਆ ਵੇਖਿਆ, ਪਰ ਹੁਣ ਅਚਾਨਕ ਜੈਜੀਤ ਸਿੰਘ ਹੋਰਾਂ ਨੇ ਬਠਿੰਡੇ ਦੀ ਅਦਾਲਤ ਦੇ ਵਿੱਚ ਮੁਕੱਦਮਾ ਦਰਜ ਕਰਾਤਾ ਕਿ ਇਹਨਾਂ ਨੇ ਮੇਰੇ ਅਕਸ ਨੂੰ ਧੁੰਦਲਾ ਕੀਤਾ, ਇਹਨਾਂ ਨੂੰ ਸਜ਼ਾ ਦਿਓ। ਪੈਸੇ ਨਹੀਂ ਸੀ ਮੰਗੇ ਜੀ, ਕਿਉਂਕਿ ਆਮ ਤੌਰ ਤੇ ਮਾਨਹਾਨੀ ਦਾ ਕੇਸ ਹੁੰਦਾ ਜੀ 10 ਕਰੋੜ ਦਾ, 20 ਕਰੋੜ ਦਾ। ਉਹ ਕਹਿੰਦੇ ਮਾਨਹਾਨੀ ਦੇ ਕੇਸ ਦੇ ਲਈ ਮੈਂ ਵੱਖਰੀ ਅਰਜ਼ੀ ਦੇਣੀ ਹੈ, ਮੈਂ ਪਹਿਲਾਂ ਇਹਨਾਂ ਨੂੰ ਸਜ਼ਾਵਾਂ ਦਵਾਉਣੀਆਂ ਕਿ ਤੁਸੀਂ ਕਿਸੇ ਦੇ ਚਰਿੱਤਰ ਦੇ ਉੱਤੇ ਕਿੱਡਾ ਕੁ ਵੱਡਾ ਜਿਹੜਾ ਉਹ ਧੱਬਾ ਲਾ ਸਕਦੇ ਹੋ। ਹੁਣ ਜੈਜੀਤ ਸਿੰਘ ਜੌਲ ਨੇ ਡਾਕਟਰ ਚੀਮਾ, ਸੁਖਬੀਰ ਸਿੰਘ ਬਾਦਲ ਸਾਹਿਬ, ਬੀਬੀ ਬਾਦਲ ਤੇ ਮਜੀਠੀਆ ਸਾਹਿਬ ਦੇ ਖਿਲਾਫ ਹੁਣ ਕੇਸ ਜਦੋਂ ਦਰਜ ਕਰਾਤਾ, ਇਹ ਪਹਿਲੀ ਵਾਰ ਹੈ ਕਿ ਬਾਦਲ ਪਰਿਵਾਰ ਇੱਕ ਦੂਜੇ ਦੇ ਸਾਹਮਣੇ ਕਾਨੂੰਨੀ ਲੜਾਈ ਲੜੂ, ਕਿਉਂਕਿ ਸਾਰੀ ਦੁਨੀਆ ਜਾਣਦੀ ਹੈ ਕਿ ਏਡਾ ਵੱਡਾ ਸਟੈਪ ਜੈਜੀਤ ਸਿੰਘ ਜੌਲ ਜਿਹੜੇ ਨੇ ਉਹ ਮਨਪ੍ਰੀਤ ਸਿੰਘ ਬਾਦਲ ਨੂੰ ਪੁੱਛੇ ਤੋਂ ਬਿਨਾਂ ਨਹੀਂ ਲੈ ਸਕਦੇ। ਜੇ ਕੋਈ ਬੰਦਾ ਇਹ ਆਖੇ ਨਾ ਕਿ ਜੈਜੀਤ ਸਿੰਘ ਜੌਲ ਨੇ ਆਪਣੇ ਆਪ ਹੀ ਪਰਚਾ ਕਰਾਤਾ ਉਹਨੇ, ਤੇ ਨਹੀਂ, ਇਹਦੇ ਤੋਂ ਪਹਿਲਾਂ ਚੇਤੇ ਰੱਖਣ ਵਾਲੀ ਗੱਲ ਇਹ ਹੈ ਕਿ ਮਨਪ੍ਰੀਤ ਸਿੰਘ ਬਾਦਲ ਨੇ ਬੀਬੀ ਸੁਰਿੰਦਰ ਕੌਰ ਬਾਦਲ ਦੇ ਭੋਗ ਤੇ ਲਾਏ ਲੰਗਰ ਤੱਕ ਦਾ ਚਰਚਾ ਕੀਤਾ ਸੀ। ਮਨਪ੍ਰੀਤ ਸਿੰਘ ਬਾਦਲ ਨੇ ਇਹ ਵੀ ਚਰਚਾ ਕੀਤਾ ਸੀ ਕਿ ਜਾਂਚ ਕਰਾ ਲਓ ਕਿ ਪ੍ਰੋਪਰਟੀ ਕਿਹਦੀ ਕਿੰਨੀ ਹੈ ਤੇ ਉਹਨੇ ਕਿਵੇਂ ਬਣਾਈ ਹੈ। ਉਹ ਕਹਿੰਦੇ ਸੀ ਸਾਡੀ ਵੀ ਕਰਾ ਲਓ, ਜੇ 1-25 ਪੈਸੇ ਦੀ ਵੀ ਇਹਦੇ ਵਿੱਚੋਂ ਕਾਣ ਨਿਕਲਿਆ ਤਾਂ ਤੁਹਾਡੇ ਮੂਹਰੇ ਖੜਾ ਗੁਨਾਹਗਾਰ ਹੈ, ਇਦਾਂ ਦੀ ਕਿਤੇ ਕੋਈ ਗੱਲ ਹੀ ਨਹੀਂ। ਹੁਣ ਉਹਦੇ ਤੋਂ ਬਾਅਦ ਅਗਲਾ ਮਸਲਾ ਜਿਹੜਾ ਖੜਾ ਹੋਇਆ, ਅਗਲਾ ਮਸਲਾ ਇਹ ਖੜਾ ਹੋ ਗਿਆ ਕਿ ਕੀ ਸਮਝੌਤਾ ਤਾਂ ਨਹੀਂ ਹੋਜੂ, ਕਿਉਂਕਿ ਆਮ ਤੌਰ ਤੇ ਜਦੋਂ ਮਾਣਹਾਨੀ ਦੇ ਦਾਅਵੇ ਹੁੰਦੇ ਜਾਂ ਇੱਦਾਂ ਦੇ ਅਪਰਾਧਿਕ ਦਾਅਵੇ ਹੁੰਦੇ ਆ ਉਹਨਾਂ ਦਾ ਅੰਤ ਸਮਝੌਤੇ 'ਚ ਨਿਕਲਦਾ ਹੁੰਦਾ ਕਿ ਭਾਈ ਚੱਲ ਕੋਈ ਗੱਲ ਨਹੀਂ, ਗਲਤੀ ਹੋ ਗਈ, ਐਸੀ ਕਿਹੜੀ ਗੱਲ ਆ, ਛੱਡੋ ਪਰਾ, ਬੰਦੇ ਚਾਰ ਵਿੱਚ ਪੈ ਜਾਂਦੇ ਹੁੰਦੇ ਆ। ਹੁਣ ਜੈਜੀਤ ਸਿੰਘ ਜੌਲ ਨੂੰ ਜਦੋਂ ਇਹ ਸਵਾਲ ਪੁੱਛਿਆ ਨਾ ਕਿ ਅੱਜ ਤੱਕ 75% ਇੱਦਾਂ ਦੇ ਮਾਮਲੇ ਸਮਝੌਤੇ 'ਚ ਨਿਬੜੇ ਤੁਸੀਂ ਕਰਨਾ, ਉਹ ਕਹਿੰਦੇ ਮੈਂ ਬਾਦਲਾਂ ਦੇ ਨਾਲ ਸਮਝੌਤਾ ਕਰਨ ਤੋਂ ਪਹਿਲਾਂ ਘਰੇ ਚੁੱਪ ਕਰਕੇ ਬਹਿ ਜੂ,
मैं कदे समझौता नहीं करता, मैं तुहानू समझौता करना छिड़ो, ये भी गल होगी। उहदे तों बाद जयजीत सिंह जौहल नूं जदों पुछया गया कि कोई होर गल कहनी है, वह कहिंदे गल मैं यही कहनी है कि जिन्नी छेती हो सकदा सुखबीर सिंह बादल साहब आउण ते आके ਇਹ ਦੱਸਣ ਕਿ ਭਾਈ ਉਹਨਾਂ ਦੀ ਕਿੰਨੀ ਪ੍ਰੋਪਰਟੀ ਹੈ, ਕਿੱਥੋਂ ਕਿੱਥੋਂ ਬਣਾਈ ਹੈ। ਆਪਣੇ ਆਪ ਹੀ ਕਹਿੰਦੇ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਜੂ ਕਿ ਆਖਿਰਕਾਰ ਇੱਕ ਘਟਨਾਕ੍ਰਮ ਸਾਰਾ ਵਾਪਰਦਾ ਕਿਵੇਂ ਹੈ। ਸੋ ਦੇਖਦੇ ਹਾਂ ਪਹਿਲੀ ਵਾਰੀ ਬਾਦਲ ਪਰਿਵਾਰ ਇੱਕ ਦੂਜੇ ਨੂੰ ਹੁਣ ਅਦਾਲਤਾਂ ਦੇ ਵਿੱਚ ਘੜੀਸਣ ਲੱਗਿਆ ਤੇ ਇਹ ਮਾਮਲਾ ਕਿੰਨੀ ਕੁ ਦੇਰ ਲਟਕੇਗਾ। ਪਰ ਇੰਨੀ ਗੱਲ ਜ਼ਰੂਰ ਹੈ ਕਿ ਭਵਿੱਖ ਦੇ ਵਿੱਚ ਕਦੇ ਵੀ ਕਿਸੇ ਤਰੀਕੇ ਦੇ ਹਾਲਾਤ ਜਿਹੜੇ ਹੈ ਉਹ ਇੱਦਾਂ ਦੇ ਮੈਨੂੰ ਲੱਗਦਾ ਕਿ ਹੁਣ ਬਣਨਗੇ ਨਹੀਂ, ਕਿ ਜਦੋਂ ਇੱਕ ਦੂਜੇ ਦੇ ਖਿਲਾਫ ਜਿਹੜਾ ਜਦੋਂ ਮਰਜ਼ੀ ਜੋ ਮਰਜ਼ੀ ਜੋ ਮਰਜ਼ੀ ਜਿਹੜਾ ਉਹ ਕਿਤੇ ਨਾ ਕਿਤੇ ਬੋਲੀ ਜਾਂਦੇ ਸੀ। ਪਰ ਐਤਕੀ ਇਹ ਮਾਣਹਾਨੀ ਦੇ ਕੇਸ ਨੇ ਨਾ ਕੇਵਲ ਬਾਦਲ ਪਰਿਵਾਰ ਦੀਆਂ ਵਧੀਆਂ ਹੋਈਆਂ ਦੂਰੀਆਂ ਦੇ ਉੱਤੇ ਮੋਹਰ ਲਾਤੀ ਹੈ, ਬਲਕਿ ਭਵਿੱਖ ਦੇ ਵਿੱਚ ਲੀਡਰਾਂ ਨੂੰ ਹੋ ਸਕਦਾ ਕਿ ਸੋਚ ਵਿਚਾਰ ਕੇ ਬੋਲਣਾ ਪਵੇ। ਜੀ ਮਾਰ ਸਾਹਿਬ, ਪੰਜਾਬ ਦੇ ਵਿੱਚ ਵਿੱਤੀ ਸੰਕਟ ਹੈ ਜਿਹੜਾ ਜੀ ਲੋਕਾਂ ਦੇ ਵਾਸਤੇ ਵੀ ਮੁਸੀਬਤ ਬਣ ਗਿਆ। ਸੁਖਨਾ ਜੀ, ਪਿਛਲੇ ਸਮੇਂ ਚ ਕੇਂਦਰ ਦੀ ਸਰਕਾਰ ਨੇ ਕੁਝ ਨੀਤੀਆਂ ਬਦਲੀਆਂ ਸੀ ਸਾਰੇ ਦੇਸ਼ ਦੇ ਲਈ। ਪਹਿਲਾਂ ਕੀ ਹੁੰਦਾ ਸੀ ਕਿ ਜਿਹੜਾ ਪ੍ਰੋਜੈਕਟ ਸੂਬਾ ਸਰਕਾਰ ਦਾ ਹੋਣਾ ਸੂਬੇ ਦਾ ਹੋਣਾ ਤੇ ਜਿਹੜਾ ਕੇਂਦਰ ਦਾ ਹੋਣਾ ਕੇਂਦਰ ਦਾ ਹੋਣਾ। ਪਰ ਪਿਛਲੇ ਸਮੇਂ ਚ ਮੈਚਿਕ ਗ੍ਰਾਂਟ ਜਿਹੜੀ ਹੈ ਉਹ ਬਹੁਤ ਵਧਾ ਤੀ। ਉਹ ਇਸ ਕਰਕੇ ਵਧਾਈ ਸੀ ਕਿ ਕੇਂਦਰ ਸਰਕਾਰ ਨੂੰ ਲੱਗਦਾ ਸੀ ਕਿ ਜੇ ਅਸੀਂ ਇਕੱਲੇ ਕਿਸੇ ਪ੍ਰੋਜੈਕਟ ਦੇ ਲਈ ਪੈਸੇ ਭੇਜਦੇ ਹਾਂ, ਸੂਬਿਆਂ ਦੀਆਂ ਸਰਕਾਰਾਂ ਕਦੇ ਗੰਭੀਰ ਹੁੰਦੀਆਂ ਨੀ, ਉਹ ਜੇ ਗੰਭੀਰ ਹੋਣਗੀਆਂ ਤਾਂ ਕੰਮ ਚੱਲੂ। ਹੁਣ ਕੇਂਦਰ ਨੇ ਕੀ ਕਿਹਾ ਸੀ ਕਿ ਭਾਈ 60 ਰੁਪਈਏ ਹਰ ਪ੍ਰੋਜੈਕਟ ਦੇ ਲਈ ਅਸੀਂ ਲਿਆਂਗੇ, 40 ਰੁਪਈਏ ਇੱਥੇ ਤੁਸੀਂ ਪਾਇਆ ਕਰੋ ਤੇ ਰੱਜ ਕੇ ਕੰਮ ਕਰਦੇ ਹਾਂ, ਤੇ ਜੇ 60-40 ਦੀ ਰੇਸ਼ੋ ਜਿਹੜੀ ਹੈ ਉਹ ਚੱਲੀ ਜਾਵੇ ਤਾਂ ਵਧੀਆ। ਪਰ ਪੰਜਾਬ 'ਚ ਰੇਸ਼ੋ ਚੱਲ ਨਹੀਂ ਸਕੀ। ਉਹਦਾ ਕਾਰਨ ਇਹ ਹੈ ਕਿ ਪੰਜਾਬ ਦੀ ਸਰਕਾਰ ਦੇ ਪੱਲੇ ਪੈਸਾ ਹੀ ਕੋਈ ਨਹੀਂ। ਪੰਜਾਬ ਦੀ ਸਰਕਾਰ ਨੇ ਜੇ ਕਰਮਚਾਰੀ ਭਰਤੀ ਕਰਨੇ ਆ ਤਾਂ ਵੀ ਪੰਜਾਬ ਦੀ ਸਰਕਾਰ ਕਹਿੰਦੀ ਹੈ ਭਾਈ ਤਨਖਾਹਾਂ ਕਿੱਥੋਂ ਦੇਣੀਆਂ, ਪੈਨਸ਼ਨਰ 2-2, 3-3 ਮਹੀਨੇ ਰੋਲਦੇ ਰਹਿੰਦੇ ਆ। ਹੁਣ ਪਿਛਲੇ ਸਮੇਂ 'ਚ ਮੈਂ ਇੱਕ ਉਦਾਹਰਣ ਦਿੰਦਾ, ਇੱਕ ਸਮਾਰਟ ਸਿਟੀ ਪ੍ਰੋਜੈਕਟ ਸ਼ੁਰੂ ਹੋਇਆ ਜਿਹਦੇ ਵਿੱਚ ਪੰਜਾਬ ਦੇ 3-4 ਸ਼ਹਿਰਾਂ ਨੂੰ ਬੜੇ ਚੰਗੇ ਤਰੀਕੇ ਦੇ ਨਾਲ ਸ਼ਾਮਿਲ ਕੀਤਾ ਗਿਆ। ਹੁਣ ਜਦੋਂ ਪੰਜਾਬ ਦੇ 3-4 ਸ਼ਹਿਰਾਂ ਨੂੰ ਸ਼ਾਮਿਲ ਕਰ ਲਿਆ ਗਿਆ ਉਹਦੇ ਵਿੱਚ ਇਹ ਸੀ ਕਿ ਮੰਨ ਲਓ ਜੇ 100 ਕਰੋੜ ਰੁਪਈਆ ਆਉਣਾ, 60 ਕਰੋੜ ਕੇਂਦਰ ਨੇ ਭੇਜ ਦੇਣਾ ਤੇ 40% ਯਾਨੀ 40 ਕਰੋੜ ਰੁਪਈਆ ਮੈਚਿੰਗ ਗ੍ਰਾਂਟ ਦੇ ਰੂਪ ਦੇ ਵਿੱਚ ਫਿਰ ਸੂਬੇ ਦੀ ਸਰਕਾਰ ਨੇ ਪਾਉਣਾ ਹੁੰਦਾ। ਉਹ ਜਿਹੜਾ 100 ਕਰੋੜ ਰੁਪਈਆ ਉਹਦਾ ਜਦੋਂ ਫਿਰ ਵਰਤੋਂ ਸਰਟੀਫਿਕੇਟ ਕੇਂਦਰ ਦੇ ਕੋਲੇ ਚਲੇ ਜਾਣਾ, ਅਗਲਾ 7 ਕਰੋੜ ਫਿਰ ਆਜੂ ਜੇ ਤੁਸੀਂ 40 ਕਰੋੜ ਆਪਣਾ ਲਾ ਕੇ ਸ਼ਹਿਰ ਨੂੰ ਵਧੀਆ ਬਣਾ ਦਿਓ। ਪਰ ਪੰਜਾਬ ਦੀ ਸਰਕਾਰ ਬਹੁਤੀਆਂ ਗ੍ਰਾਂਟਾਂ ਜਿਹੜੀਆਂ ਕੇਂਦਰ ਤੋਂ ਆਈਆਂ ਉਹ ਤਾਂ ਖਰਚ ਬੈਠੀ, ਪਰ ਆਪਣੇ ਹਿੱਸੇ ਦੀ ਮੈਚਿੰਗ ਗ੍ਰਾਂਟ ਪਾਉਣ ਜੋਗੀ ਹੈ ਨਹੀਂ। ਇਸ ਕਰਕੇ ਪਿਛਲੇ ਵਰੇ ਜਿੰਨੀਆਂ ਕੇਂਦਰ ਸਰਕਾਰ ਨੇ ਗ੍ਰਾਂਟਾਂ ਭੇਜੀਆਂ ਉਹਨਾਂ ਦੇ ਵਰਤੋਂ ਸਰਟੀਫਿਕੇਟ ਪੰਜਾਬ ਦੀ ਸਰਕਾਰ ਭੇਜ ਹੀ ਨਹੀਂ ਸਕੀ। ਜਦੋਂ ਪੰਜਾਬ ਦੀ ਸਰਕਾਰ ਤੋਂ ਵਰਤੋਂ ਸਰਟੀਫਿਕੇਟ ਨਹੀਂ ਭੇਜੇ ਗਏ, ਅਗਲਿਆਂ ਨੇ ਅਗਲੀ ਜਿਹੜੀ ਇੰਸਟਾਲਮੈਂਟ ਅਗਲੀ ਜਿਹੜੀ ਕਿਸ਼ਤ ਜਾਣੀ ਸੀ ਉਹ ਦਿੱਤੀ ਨਾ। ਹਾਲਾਤ ਇਦਾਂ ਦੇ ਹੋ ਗਏ ਕਿ 211 ਕਰੋੜ ਰੁਪਈਆ ਕੇਂਦਰ ਦੀ ਸਰਕਾਰ ਮੰਨੀ ਸੀ ਕਿ ਅਸੀਂ ਪੰਜਾਬ ਸੂਬੇ ਨੂੰ ਦਿਆਂਗੇ, ਪਰ ਉਹ 211 ਕਰੋੜ ਦੇ ਵਿੱਚੋਂ ਕੇਵਲ 44 ਕਰੋੜ ਰੁਪਈਏ ਆਏ ਹੈ ਤੇ ਬਾਕੀ ਤਕਰੀਬਨ 225 ਕਰੋੜ ਰੁਪਈਆ ਜਿਹੜਾ ਉਵੇਂ ਦਾ ਉਵੇਂ ਪਿਆ। ਉਹ 225 ਕਰੋੜ ਰੁਪਈਆ ਕੇਂਦਰ ਤੋਂ ਆਇਆ ਕਿਉਂ ਨਹੀਂ? ਕਿਉਂਕਿ ਅਸੀਂ ਮੈਚਿੰਗ ਗ੍ਰਾਂਟਾਂ ਦਾ ਹਿਸਾਬ ਕਿਤਾਬ ਨਹੀਂ ਦੇ ਸਕੇ। ਇੱਥੋਂ ਤੱਕ ਕਿ ਸੂਬਾ ਸਰਕਾਰ ਵਿੱਤੀ ਤੌਰ ਤੇ ਇੰਨਾ ਨਿਗੜ ਗਿਆ, ਸੂਬਾ ਵਿੱਤੀ ਤੌਰ ਤੇ ਇੰਨਾ ਪੰਗਰ ਗਿਆ ਕਿ 256 ਕਰੋੜ ਰੁਪਈਆ ਕੇਂਦਰ ਸਰਕਾਰ ਦਾ ਖਜ਼ਾਨੇ ਚ ਅਟਕਿਆ ਹੋਇਆ, ਕਿਉਂਕਿ ਉਹ ਕੇਂਦਰ ਦੀ ਸਰਕਾਰ ਨੇ ਜਿਹੜਾ ਉਹ ਪੰਜਾਬ ਨੂੰ ਖੇਤੀਬਾੜੀ ਲਈ ਤਾਂ ਦੇਣਾ ਸੀ ਜੇ ਸਾਡੀ ਸੂਬਾ ਦੀ ਸਰਕਾਰ ਮੈਚਿੰਗ ਗ੍ਰਾਂਟਾਂ ਦੇਵੇ, ਪਰ ਅਸੀਂ ਦੇ ਨਹੀਂ ਗਏ। ਦੇਖੋ ਜੇ ਖੇਤੀਬਾੜੀ ਪ੍ਰਧਾਨ ਸੂਬੇ ਦੇ ਵਿੱਚ ਕੇਂਦਰ ਦੀ ਸਰਕਾਰ ਜੇ ਕਿਸਾਨਾਂ ਨੂੰ 4 ਪੈਸੇ ਦੇਣ ਨੂੰ ਤਿਆਰ ਹੈ, ਜੇ ਸਾਡੇ ਕੋਲ ਆਪਣਾ ਹਿੱਸਾ ਹੀ ਨਹੀਂ ਉਹਦੇ ਵਿੱਚ ਪਾਇਆ ਜਾਂਦਾ, ਇਹਦਾ ਮਤਲਬ ਹੈ ਕਿ ਫਿਰ ਅਸੀਂ ਇਕੱਲੇ ਉਲੰਭੇ ਦੇਣ ਯੋਗ ਰਹਿ ਜਾਂਗੇ। ਉਦਮ ਫਿਰ ਬਹੁਤਾ ਕੀਤਾ ਜਾਣਾ ਜਿਹੜਾ ਉਹ ਸੰਭਵ ਨਹੀਂ। ਨਾਲ ਦੀ ਨਾਲ ਇਹ ਵੀ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਹੈ ਕਿ ਹੁਣ ਵੱਖ ਵੱਖ ਵਿਭਾਗਾਂ ਨੇ ਪੰਜਾਬ ਦੀ ਸਰਕਾਰ ਨੂੰ ਲਿਖਣਾ ਸ਼ੁਰੂ ਕਰਤਾ ਕਿ ਜਿੰਨੀ ਛੇਤੀ ਹੋ ਸਕਦਾ ਹੁਣ ਇਹ ਸਾਰੀ ਪ੍ਰਕਿਰਿਆ ਨੂੰ ਆਪਾਂ ਕਿਤੇ ਨਾ ਕਿਤੇ ਦਰੁਸਤ ਕਰੀਏ, ਜਿੰਨੀ ਛੇਤੀ ਹੋ ਸਕਦਾ ਆਪਾਂ ਮੈਚਿੰਗ ਗ੍ਰਾਂਟਾਂ ਪਾ ਕੇ ਵਰਤੋਂ ਸਰਟੀਫਿਕੇਟ ਭੇਜਿਆ ਕਰੀਏ, ਜਿਹਦੇ ਨਾਲ ਕਿ ਇਹ ਸਾਰਾ ਕੁਝ ਵਿਹਲੇ ਸਿਰ ਜਿਹੜਾ ਉਹ ਹੱਲ ਹੋ ਸਕੇ। ਪਰ ਹਾਲ ਦੀ ਘੜੀ ਕੇਂਦਰ ਗ੍ਰਾਂਟਾਂ ਦੇਣ ਨੂੰ ਜਿਹੜੀਆਂ ਕੁਝ ਇੱਕ ਜੈਨੂਅਨ ਗ੍ਰਾਂਟਾਂ ਨੇ ਜਿਹੜੀਆਂ ਸਾਰੇ ਸੂਬਿਆਂ ਨੂੰ ਦਿੱਤੀਆਂ ਜਾਂਦੀਆਂ ਉਹ ਦੇਣ ਨੂੰ ਤਿਆਰ ਆ, ਪਰ ਪਿਛਲੇ ਵਰਿਆਂ ਦੇ 2 ਵਰਿਆਂ ਦੇ ਜਿਹੜੇ ਆ ਉਹ ਅਜੇ ਤੱਕ ਸਾਡੇ ਕੋਲ ਵਰਤੋਂ ਸਰਟੀਫਿਕੇਟ ਜਿਹੜੇ ਆ ਉਹ ਕਾਇਮ ਹੀ ਨਹੀਂ ਹੋਏ, ਲੈ ਹੀ ਨਹੀਂ ਹੋਏ। ਵੇਖਦੇ ਹਾਂ ਕਿ ਕਦੋਂ ਵਰਤੋਂ ਸਰਟੀਫਿਕੇਟ ਆਉਂਦੇ ਆ, ਕਦੋਂ ਕੇਂਦਰ ਦੀ ਸਰਕਾਰ ਨੂੰ ਭੇਜੇ ਜਾਂਦੇ ਆ, ਉਹਦੇ ਤੋਂ ਬਾਅਦ ਕੇਂਦਰ ਦੀ ਸਰਕਾਰ ਪੈਸਾ ਧੇਲਾ ਜਿਹੜਾ ਉਹ ਪੰਜਾਬ ਨੂੰ ਕਦੋਂ ਇਸ਼ੂ ਕਰਦੀ ਹੈ।
ਜੀ ਬਰਸਾਬ ਜਾਕਰ ਮੂਸਾ ਕਹਿੰਦੇ ਪੰਜਾਬ ਦੇ ਵਿਚ ਭਾਲਿਆ ਜਾ ਰਿਹਾ ਇਹ ਵੀ ਸਟੇਟਸ ਵਗੈਰਾ ਪਾਉਂਦਾ ਜਾਂ ਚੈੱਕ ਇਨ ਕਰਦਾ ਵੀ ਮੈਂ ਹੁਣ ਮਾਲਵੇ ਚ ਆ ਗਿਆ ਤੇ ਹੁਣ ਪੰਜਾਬ ਦੇ ਆ ਏਰੀਏ ਚ ਤੇ ਹੁਣ ਇਹਦੇ ਚ ਪਿਛਲੇ ਡੇਢ ਸਾਲ ਦੇ ਵਿਚ ਮੈਨੂੰ ਲੱਗਦਾ ਕਿ ਘੱਟੋ ਘੱਟ 20 ਕੁ ਵਾਰੀ ਸੁਖਨੈਬ ਜੀ ਪੰਜਾਬ ਦੇ ਵਿਚ ਚਰਚਾਵਾਂ ਚੱਲਦੀਆਂ ਰਹੀਆਂ ਕਿ ਭਾਈ ਬੰਦੇ ਵੇਖੇ ਨੇ ਇਸ ਥਾਂ ਦੇ ਉੱਤੇ ਚਾਰ ਪੰਜ ਨੇ ਪਿੱਠੂ ਲਾਏ ਹੋਏ ਆ ਹਥਿਆਰ ਉਹਨਾਂ ਦੇ ਕੋਲ ਲੱਗਦੇ ਸੀ ਉਹ ਕਮਾਦ ਦੇ ਵਿੱਚੋਂ ਕੋਈ ਕਹਿੰਦਾ ਸੀ ਨਿਕਲਿਆ ਕੋਈ ਕਹਿੰਦਾ ਸੀ ਗੰਨੇ ਦੇ ਖੇਤ ਚ ਵੜਿਆ ਕੋਈ ਕਹਿੰਦਾ ਮੇਰੇ ਤੋਂ ਰਸਤਾ ਪੁੱਛਿਆ ਕੋਈ ਕੁਝ ਦੇਖੋ ਆਪਾਂ ਇਹ ਨਹੀਂ ਕਹਿੰਦੇ ਕਿ ਸਾਰਾ ਕੁਝ ਲੋਕਾਂ ਨੂੰ ਡਰਾਉਣ ਲਈ ਕੀਤਾ ਜਾ ਰਿਹਾ ਆਪਾਂ ਇਹ ਕਹਿੰਦੇ ਹਾਂ ਕਿ ਭਾਈ ਅੱਜ ਤੱਕ ਜਿੰਨੀਆਂ ਅਫਵਾਹਾਂ ਫੈਲੀਆਂ ਸੀ ਉਹਨਾਂ ਅਫਵਾਹਾਂ ਤੋਂ ਬਾਅਦ ਕੋਈ ਬੰਦਾ ਫੜਿਆ ਨਹੀਂ ਗਿਆ ਹਾਂ ਅਫਵਾਹਾਂ ਫੈਲਣ ਤੋਂ ਬਾਅਦ ਹਮਲੇ ਜ਼ਰੂਰ ਹੋਏ ਆ ਜਿਨ੍ਹਾਂ ਹਮਲਿਆਂ ਦੇ ਵਿੱਚ ਬਹੁਤ ਕੁਝ ਗਵਾਚਦਾ ਵੀ ਰਿਹਾ ਹੁਣ ਜ਼ਾਕਿਰ ਮੂਸਾ ਕੌਣ ਹੈ ਕਸ਼ਮੀਰ ਦੇ ਵਿੱਚ ਬੜਾ ਸਰਗਰਮ ਅੱਤਵਾਦੀ ਕਹਿ ਲਓ ਜੀ ਉਹ ਕਸ਼ਮੀਰ ਦੇ ਹਿਸਾਬ ਕਿਤਾਬ ਨਾਲ ਚਲਾਉਣਾ ਚਾਹੁੰਦਾ ਉਹ ਜਿਹੜਾ ਜਲੰਧਰ ਦੇ ਮਕਸੂਦਾਂ ਦੇ ਵਿੱਚ ਥਾਣੇ ਚ ਬੰਬ ਸੁੱਟਿਆ ਗਿਆ ਸੀ ਜਿਹੜੇ ਵਿਦਿਆਰਥੀ ਫੜੇ ਗਏ ਆ ਉਹਨਾਂ ਨੇ ਵੀ ਜ਼ਾਕਿਰ ਮੂਸਾ ਦੇ ਨਾਲ ਆਪਣੇ ਸੰਪਰਕ ਦੀ ਗੱਲ ਕਬੂਲ ਕੀਤੀ ਸੀ ਫਿਰ ਇਸੇ ਤਰੀਕੇ ਜੰਮੂ ਤੋਂ ਇੱਕ ਟੈਕਸੀ ਲੈ ਕੇ ਆਉਂਦੇ ਸੀ ਟੈਕਸੀ ਖੋਹ ਲਈ ਕਈ ਕੁਝ ਹੋਰ ਵਾਪਰਿਆ ਤੇ ਉਹਦੇ ਤੋਂ ਬਾਅਦ ਜਦੋਂ ਜ਼ਾਕਿਰ ਮੂਸਾ ਜਿਹੜਾ ਉਹ ਲੱਭਾ ਨਾ ਜਿਵੇਂ ਬਾਕੀ ਮਸਲੇ ਚ ਨਹੀਂ ਸੀ ਲੱਭਾ ਹੁਣ ਆਪਣੇ ਆਪ ਨੂੰ ਜ਼ਾਕਿਰ ਮੂਸਾ ਨੇ ਕਹਿੰਦੇ ਵੱਖਰੇ ਤਰ੍ਹਾਂ ਢਾਲ ਲਿਆ ਹੁਣ ਉਹ ਪੱਗ ਸਿਰ ਦੇ ਉੱਤੇ ਬੰਨ ਕੇ ਰੱਖਦਾ ਤੇ ਬਿਲਕੁਲ ਸਰਦਾਰ ਲੱਗਦਾ ਹੁਣ ਜਿਹੜੀਆਂ ਖੁਫੀਆ ਏਜੰਸੀਆਂ ਨੇ ਉਹਨਾਂ ਨੇ ਪੰਜਾਬ ਸਰਕਾਰ ਨੂੰ ਅਲਰਟ ਕੀਤਾ ਕਿ ਭਾਈ ਉਹ ਬੰਦਾ ਹੋ ਸਕਦਾ ਕਿ ਲੁਕ ਛਿਪ ਕੇ ਇੱਥੇ ਰਹਿੰਦਾ ਹੋਵੇ ਆਪਣੀ ਜਾਨ ਬਚਾਉਂਦਾ ਹੋਵੇ ਤੇ ਹੋ ਸਕਦਾ ਉਹਦੇ ਮਨ ਦੇ ਵਿੱਚ ਇਰਾਦਾ ਕਿਸੇ ਹੋਰ ਦੀ ਜਾਨ ਨੂੰ ਜਿਹੜਾ ਉਹ ਸੁਰੱਖਿਆ ਦੇ ਵਿੱਚ ਪਾਉਣ ਦਾ ਨਹੀਂ ਹੁਣ ਮੁਕਤਸਰ ਫਾਜ਼ਿਲਕਾ ਤੇ ਫਿਰੋਜ਼ਪੁਰ ਜ਼ਿਲ੍ਹਿਆਂ ਦੇ ਵਿੱਚ ਜ਼ਾਕਿਰ ਮੂਸਾ ਦੇ ਹੋਣ ਦੀ ਸੰਭਾਵਨਾ ਹੁਣ ਨਿਸ਼ਾਨਾ ਬਣਾਇਆ ਜਾ ਰਿਹਾ ਨਿਸ਼ਾਨਾ ਕਿਵੇਂ ਬਣ ਰਿਹਾ ਨਿਸ਼ਾਨਾ ਇਸ ਤਰੀਕੇ ਬਣ ਰਿਹਾ ਕਿ ਪੰਜਾਬ ਪੁਲਿਸ ਨੇ ਸਪੈਸ਼ਲ ਆਪਰੇਸ਼ਨ ਗਰੁੱਪ ਦੇ ਕਮਾਂਡੋ ਤਾਇਨਾਤ ਕਰਤੇ ਆ ਕਿਸੇ ਵੀ ਹਾਲਤ ਦੇ ਨਾਲ ਟਾਕਰਾ ਲੈਣ ਦੇ ਸਮਰੱਥ ਆ ਵਾਧੂ ਫੋਰਸ ਵੀ ਪੰਜਾਬ ਪੁਲਿਸ ਨੇ ਫਿਰੋਜ਼ਪੁਰ ਰੇਂਜ ਦੇ ਵਿੱਚ ਭੇਜ ਦਿੱਤੀ ਹੈ ਬਠਿੰਡੇ ਦੇ ਰੇਲਵੇ ਜੰਕਸ਼ਨ ਦੇ ਉੱਤੇ ਭਾਰਤੀ ਫੌਜ ਦੇ ਅੱਠ ਗੜਵਾਲ ਰੈਜੀਮੈਂਟ ਨੇ ਮੋਰਚਾ ਸਾਂਭਿਆ ਬਠਿੰਡਾ ਜੰਕਸ਼ਨ ਦੇ ਵਿੱਚ ਪਹਿਲ ਜਿਹੜੀ ਚਹਿਲ ਪਹਿਲ ਹੈ ਉਹ ਸੁਖਰੈਬ ਜੀ ਜ਼ਿਆਦਾ ਹੋਣ ਕਰਕੇ ਸੈਨਾ ਦਾ ਪੱਕਾ ਨਾਕਾ ਲਾ ਦਿੱਤਾ ਗਿਆ SSP ਬਠਿੰਡਾ ਡਾਕਟਰ ਨਾਨਕ ਸਿੰਘ ਹੋਰਾਂ ਦੇ ਨਾਲ ਜਦੋਂ ਪੱਤਰਕਾਰ ਭਾਈਚਾਰੇ ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ 3 ਦਿਨ ਪਹਿਲਾਂ ਸਾਡੀ ਮੀਟਿੰਗ ਹੋਈ ਸੀ ਫੌਜ ਦੇ ਅਧਿਕਾਰੀਆਂ ਦੇ ਨਾਲ ਉਹਨਾਂ ਨੇ ਕਿਹਾ ਕਿ ਸਾਨੂੰ ਏਜੰਸੀਆਂ ਦੀ ਇਨਪੁਟ ਮਿਲੀ ਹੈ ਕਿ ਇੱਥੇ ਜ਼ਾਕਿਰ ਮੂਸਾ ਹੋ ਸਕਦਾ ਇਸ ਕਰਕੇ ਹੁਣ ਚਾਰੇ ਪਾਸੇ ਜਿਹੜੀ ਹੈ ਉਹ ਨਜ਼ਰ ਰੱਖੀ ਜਾ ਰਹੀ ਹੈ ਵੇਖਦੇ ਹਾਂ ਕਿ ਜ਼ਾਕਿਰ ਮੂਸਾ ਨੂੰ ਕਾਬੂ ਕਰਨ ਦੇ ਵਿੱਚ ਕਾਮਯਾਬੀ ਉਹ ਕਦੋਂ ਹਾਸਲ ਹੁੰਦੀ ਹੈ ਪਰ ਇੰਨੀ ਗੱਲ ਜ਼ਰੂਰ ਹੈ ਬੰਦਾ ਫੜਿਆ ਜਾਵੇ ਜਾਂ ਨਾ ਫੜਿਆ ਜਾਵੇ ਲੋਕਾਂ ਦੇ ਵਿੱਚ ਸਹਿਮ ਵੱਧ ਜਾਂਦਾ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਗੱਲ ਦੂਜੇ ਪਾਸੇ ਚਲੇ ਜਾਂਦੀ ਹੈ ਹੁਣ ਇਧਰਲੇ ਪਾਸੇ ਦੇਖਦੇ ਹਾਂ ਕਿ ਕਿਵੇਂ ਹੈ ਲੋਕਾਂ ਨੂੰ ਸਹਿਮ ਦੇ ਵਿੱਚੋਂ ਬਾਹਰ ਕਦੋਂ ਕੱਢਦੇ ਆ ਜ਼ਾਕਿਰ ਮੂਸਾ ਦੀਆਂ ਜਿੰਨੀਆਂ ਵੀ ਸੂਚਨਾਵਾਂ ਮਿਲੀਆਂ ਸੀ ਉਹ ਕਿੰਨੀਆਂ ਔਥੈਂਟਿਕ ਸਾਬਿਤ ਹੁੰਦੀਆਂ ਉਹ ਵੀ ਸਾਰਾ ਕੁਝ ਇੱਥੋਂ ਸਪਸ਼ਟ ਹੋਏਗਾ ਜੀ ਪੰਜਾਬ ਤੋਂ ਬਾਹਰ ਵੀ ਅਕਾਲੀ ਦਲ ਦਾ ਸੰਕਟ ਕਹਿੰਦੇ ਵਾਹਵਾ ਵਧਿਆ ਪਿਆ ਜੀ ਮਾਫੀ ਮੂਫੀ ਨਾਲ ਉੱਥੇ ਸੂਤ ਆਉਂਦਾ ਕਿ ਨਹੀਂ ਆਉਂਦਾ ਦੇਖੋ ਸੁਖਰੈਬ ਜੀ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਲਈ ਸੰਕਟ ਤਾਂ ਬਹੁਤ ਵੱਡਾ ਸੰਕਟ ਕਿਵੇਂ ਵੱਡਾ ਸੰਕਟ ਇਸ ਕਰਕੇ ਵੱਡਾ ਕਿ ਸੁਖਬੀਰ ਸਿੰਘ ਬਾਦਲ ਸਾਹਿਬ 2-3 ਸਾਲ ਪਹਿਲਾਂ ਤੱਕ ਅਕਸਰ ਆਪਣੇ ਦਿਲ ਦੀ ਗੱਲ ਦੱਸਦੇ ਹੁੰਦੇ ਸੀ ਪੱਤਰਕਾਰਾਂ ਨੂੰ ਪ੍ਰੈਸ ਕਾਨਫਰੰਸਾਂ ਦੇ ਵਿੱਚ ਕਿ ਇਸ ਅਕਾਲੀ ਦਲ ਨੂੰ ਇਕੱਲੀ ਪੰਜਾਬ ਦੀ ਪਾਰਟੀ ਦਾ ਸਟੇਟਸ ਨਾ ਦਿਓ ਅਸੀਂ ਤਾਂ ਪੂਰੇ ਮੁਲਕ ਦੇ ਵਿੱਚ ਸਰਗਰਮੀਆਂ ਕਰਨੀਆਂ ਉਹ ਕਹਿੰਦੇ ਦਿੱਲੀ 'ਚ ਸਾਡਾ MLA ਹਰਿਆਣੇ 'ਚ ਸਾਡਾ MLA ਜੀ ਹਿਮਾਚਲ ਪ੍ਰਦੇਸ਼ ਤੇ ਰਾਜਸਥਾਨ ਦੇ ਵਿੱਚ ਅਸੀਂ ਸਰਗਰਮੀਆਂ ਕਰ ਰਹੇ ਹਾਂ ਉਹਨਾਂ ਨੇ ਇੱਥੋਂ ਤੱਕ ਵੀ ਕਿਹਾ ਤਾਂ ਅਸੀਂ ਯੂਪੀ ਤੇ ਮੱਧ ਪ੍ਰਦੇਸ਼ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਅਸੀਂ ਇਕਾਈਆਂ ਗਠਿਤ ਕਰ ਸਕਦੇ ਹਾਂ ਇੰਨੇ ਕੁ ਜੋ ਕਿ ਹੈਗੇ ਹਾਂ ਹੁਣ ਇਕਾਈਆਂ ਜਿਹੜੀਆਂ ਗਠਿਤ ਕਰਨੀਆਂ ਇਹ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕਿਹਾ ਸੀ ਕਿ ਅਸੀਂ ਸਭ ਕੁਝ ਕਰਕੇ ਇਲੈਕਸ਼ਨ ਲੜਨੀ ਹੈ ਪਰ ਇੱਕ ਤੋਂ ਬਾਅਦ ਇੱਕ ਬਾਹਰਲੇ ਪਾਸੇ ਜਾਣ ਦੇ ਚੱਕਰਾਂ ਦੇ ਵਿੱਚ ਜਿਹੜਾ ਠੋਸ ਤੌਰ ਦੇ ਉੱਤੇ ਗੱਲ ਸੀ ਉਹਦੇ ਵਿੱਚੋਂ ਅਸੀਂ ਜਿਹੜੇ ਸੱਜੇ ਖੱਬੇ ਹੋਣ ਲੱਗ ਪਏ ਹੁਣ ਦੇਖੋ ਯੂਪੀ ਦੇ ਵਿੱਚ ਪਹਿਲਾਂ ਬਲਵੰਤੂ ਰਾਮੂਵਾਲੀਏ ਨੂੰ ਭੇਜਿਆ ਹੁਣ ਹੋਰ 2-4 ਲੀਡਰਾਂ ਨੂੰ ਭੇਜਿਆ ਸੀ ਪਰ ਉੱਥੇ ਅਕਾਲੀ ਦਲ ਹਾਲ ਦੀ ਕੜੀ ਇਲੈਕਸ਼ਨ ਲੜਨ ਦੇ ਮੂਲ ਚ ਨਜ਼ਰ ਨਹੀਂ ਆਉਂਦਾ ਦੂਸਰੇ ਪਾਸੇ ਇਹ ਵੀ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਹੈ ਕਿ ਸਾਰੀ ਦੀ ਸਾਰੀ ਜਿਹੜੀ ਪ੍ਰਕਿਰਿਆ ਉਹਦੇ ਵਿੱਚੋਂ ਇਹ ਸਾਫ਼ ਹੋ ਗਿਆ ਕਿ ਰਾਜਸਥਾਨ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਨੇ ਪ੍ਰਚਾਰ ਚੱਲ ਰਿਹਾ ਸੀ ਵੋਟਾਂ ਪੈ ਗਈਆਂ ਅਕਾਲੀ ਦਲ ਨਾ ਤਾਂ ਉੱਥੇ ਉਮੀਦਵਾਰ ਖੜੇ ਕਰ ਸਕਿਆ ਨਾ ਬੀਜੇਪੀ ਦੀ ਹਮਾਇਤ ਕਰ ਸਕਿਆ ਇੱਥੋਂ ਤੱਕ
कि श्रोमणी अकाली दल जिहड़ा वह राजस्थान दीआं चोणां विचों मूल रूप दे विच निरोल रूप दे विच वह लांभे रहा। तीसरे पासे हुण ऐलान की होया सी कि दिल्ली दे विच असीं बहुत कुछ करना हरियाणे च करना। दिल्ली दे लई इह अपने आप दे विच महत्वपूर्ण रहा कि मनजीत सिंह जीके ते मनजिंदर सिंह सिरसा अकाली दल दे उत्तों थम के तीजे अवतार सू हित जी। हुण इस सारी प्रक्रिया च सब तो पहली गल कि मनजीत सिंह जीके का बनिया की मनजीत सिंह जीके ते सिरसा साहब ने बाकी 13 साथियों नू नाल लैके आप अस्तीफा दिता सी। दिल्ली सिख गुरुद्वारा प्रबंधक कमेटी तो यह भी कहा सी कि 27 जां 29 तरीक नू दुबारा चोण जिहड़ी है वह करवा ली जाए। इहदे नाल नाल मनजीत सिंह जीके दे उत्ते गुरमीत शंटी ने जिहड़े दोष लाए सी उन्हां दोषां तों बाद मनजीत सिंह जीके दे उत्ते अज अदालत दे विच सुनवाई हुई। पुलिस ने अपने एक्शन रिपोर्ट दिती पुलिस अदालत ने कथित मुलजमान के खिलाफ FIR दर्ज करन दा फैसला राखवा रख लिया। यह हुण सोमवार को सुनवाई दुबारा होएगी। पुलिस ने अपनी रिपोर्ट दे विच दावा की किया वह कहिंदे कमेटी ने जिहड़े बिल विखाए आ फर्जी है 51 लख दा कैश जमा ही नहीं कराया। सारिया दलीलों सुनने तो बाद फैसला राखवा पर इन्नी गल जरूर है कि अकाली दल राजस्थान की चोण नहीं लड़िया यूपी की चोण नहीं लड़िया हरियाणे दे विच जिन्हां चटालिया के सिर के उत्ते सियासी तौर पर थापिया अकाली दल के लीडरशिप मारदे सी वह हाल की कड़ी इस तरह के योग नहीं कि अपनी जिहड़ी है यह सारी प्रक्रिया नूं पंजाब च भी सूट कर सके ते दिल्ली च भी। जिस तरीके मनजीत सिंह जीके ने अकाली दल की हाईकमांड के कहने से पहला अस्तीफा देने तो गुरेज किया विरोध किया वह मनजीत सिंह जीके जिहड़े है वह किसी भी वेले को वड्डा कदम चुक के दिल्ली दे विच श्रोमणी अकाली दल नूं मूधड़े मूं सुट सकते हैं। मैं देखो दो गल्लां सुखनैर जी दस दिया जी 1999 तक सरना भरा जिहड़े है अकाली दल दे विच ही हुंदे सी। जदों भाई रणजीत सिंह दा जथेदार साहब दा चर्चा चलिया टौड़ा साहब भी उदों वखरे हुंदे सी उदों फिर ये जिहड़े ने ये भाई रणजीत सिंह दे मुद्दे ते सरना भरा दिल्ली च वक्ख हो के अकाली दल दिल्ली बना लिया अकाली दल दिल्ली बना लिया ते 2003 तों 13 लगातार परमजीत सरना प्रधान रहे। अकाली दल ने अवतार सिंह हित ते कई होर लीडरां नूं बार बार बदल के बार बार वरत के वेख्या पर गल नहीं सी बनती। आखिरकार मनजीत सिंह जीके नूं लियाउणा पिया मनजीत सिंह जीके नूं लियांदा ते लिया के फिर जदों उन्हां तों कम कराया गया कि भाई तुसीं दिल्ली दे सिखां दे विच से तुहाडी वधिया तुसीं देखो उन्हां ने परमजीत सर ने उन्हां नूं हराया। पर हुण जिस तरीके मनजीत सिंह जीके नूं पार्टी दे विच भी उन्हां थां नहीं सी मिल रहा सिरसा साहब दे नाल बहुती नहीं सी बनती। लगता है कि आने वाले दिनों दे विच कुछ हद तक इस सारी प्रक्रिया के नाल मनजीत सिंह जीके अकाली दल तो लांभे भी जा सकते हैं। वैसे उन्होंने लंघिया चोणां जिहड़ियां अकाली दल दी पंजाब दी लीडरशिप तो बिना ही लड़ियां बिना ही जित्तियां जी। मट साहब हाई कोर्ट दे विच फिर खुल गया जी मौड़ मंडी वाला केस। सुखनैब जी ये अपने आप दे विच बड़ी अजीब स्थिति है। पंजाब दीआं विधानसभा चोणां होईआं नूं होर 2 महीने ने 2 साल हो जाने हैं। विधानसभा दीआं चोणां तों पहलां बंब चल गया सी जी। लोकां ते बच्चिआं दी मौत होई कई जख्मी होए अज तक कथित दोषी 2.5 साल हो गए फड़े नहीं गए कि उदों बंब धमाका कीता की सी। जदों कदे कोई चर्चा हुंदी है जदों कदे किते रौला पैंदा उदों मौड़ मंडी दे धमाके की गल चल पैंदी है। जदों बहुती गल चले एक दो गिरफ्तारियां हो जांदियां फिर कहिंदे लब्भा कख नहीं अगला चले जांदा। हुण हाईकोर्ट के मुख जस्टिस कृष्ण मुमारी ते जस्टिस अरुण पल्ली ने मौड़ धमाके दे विच पंजाब सरकार नूं नोटिस जारी करता। असल विच की है कि पात्रा दा रहण वाला गुरजीत सिंह उन्हें दोबारा पटीशन दायर की सी कि भाई मैं चाहना जे CBI जां किसी केंद्रीय एजेंसी ने उहदा जिम्मा देता जाए क्योंकि जे केंद्रीय एजेंसी नूं कहिंदे जिम्मा दिता जाऊगा तो फिर माड़ी मोटी आस हैगी है कि NIA जे CBI जांच करके फिर इहदे विच कथे तो दोषी वाले इशारा कर देणगे किते उधरले पासे चले जांगे। इहदे नाल नाल इह भी अपने आप दे विच महत्वपूर्ण है कि पिछली 25 सितंबर नूं हाईकोर्ट ने कहा सी कि नहीं जी पंजाब पुलिस की विशेष जांच टीम बहुत है इहदे तों अगे नहीं सी बोले पर हुण पंजाब की पुलिस जिहड़ी है वह इधरले पासे तफतीश करके दोबारा सब कुछ लैके गई पर हुण पटीशन करता कुछ नहीं। हुण पटीशन करता गुरजीत सिंह का कहना है कि पंजाब की जांच टीम जिहड़ी है ना कागजी है प्रैक्टिकली कुछ नहीं करती जिहड़े बंदियां दे उत्ते शक है उन्हां बंदियां नूं अजे तक एक बारी भी इन्हां ने सद के पुछगिछ की हुई नहीं। ते दूसरे पासे
ਇਹ ਵੀ ਗੱਲ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਹੈ ਕਿ ਪਿਛਲੇ ਦਿਨੀ ਕੁਝ ਇੱਕ ਬੰਦੇ ਫੜੇ ਗਏ ਸੀ, ਉਹ ਜਿਹੜੇ ਬੰਦੇ ਫੜੇ ਗਏ ਸੀ ਮੌੜ ਬੰਬ ਧਮਾਕੇ ਦੇ ਵਿੱਚ, ਉਹਨਾਂ ਚੋਂ ਕੁਝ ਇੱਕ ਨੂੰ ਛੱਡ ਦਿੱਤਾ ਗਿਆ ਤੇ ਕੁਝ ਇੱਕ ਵੈਸੇ ਹੀ ਸੱਜੇ ਖੱਬੇ ਹੋ ਗਏ। ਹੁਣ ਜਿਹੜੇ ਬੰਦੇ ਪੇਸ਼ ਹੋਏ ਸੀ, ਪੇਸ਼ ਹੋਣ ਤੋਂ ਬਾਅਦ ਉਹਨਾਂ ਨੇ ਜਦੋਂ ਸਿੱਧੇ ਤੌਰ ਦੇ ਉੱਤੇ ਇਹ ਕਹਿਤਾ ਸੀ ਕਿ ਭਾਈ ਆ ਕਾਰ ਅਸੀਂ ਵੇਖੀ ਆ ਫਲਾਨੀਆਂ ਚੀਜ਼ਾਂ, ਉਹਦੇ ਤੋਂ ਬਾਅਦ ਗੁਰਤੇਜ ਸਿੰਘ ਕਾਲਾ, ਅਮਰੀਕ ਸਿੰਘ ਤੇ ਅਵਤਾਰ ਸਿੰਘ ਇਹਨਾਂ ਨੂੰ ਮੁੱਖ ਕਥਿਤ ਮੁਲਜ਼ਮ ਦੇ ਤੌਰ ਤੇ ਨਾਮਜ਼ਦ ਕੀਤਾ ਜਾ ਚੁੱਕਾ, ਡੇਰਾ ਸਿਰਸਾ ਦੇ ਨਾਲ ਵੀ ਜੁੜਦੇ ਆ, ਪਰ ਅਜੇ ਤੱਕ ਕਾਬੂ ਜਿਹੜੇ ਆ ਨਹੀਂ ਸਕੇ। ਹੁਣ ਜੇ ਇੱਕ ਬੰਬ ਧਮਾਕਾ ਹੋਵੇ, ਲੋਕ ਮਾਰੇ ਗਏ ਹੋਣ, ਉਹਦੇ ਤੋਂ ਬਾਅਦ ਵੀ ਅਜੇ ਤੱਕ 2.5 ਸਾਲ ਬੀਤ ਗਿਆ, ਇਨਸਾਫ ਨਾ ਮਿਲਿਆ ਹੋਵੇ, ਇਹਦੇ ਤੋਂ ਦੇਰੀ ਜਿਹੜੀ ਹੋਰ ਹੋ ਕੀ ਸਕਦੀ ਹੈ। ਹੁਣ ਦੁਬਾਰਾ ਹਾਈਕੋਰਟ ਨੇ ਕੇਸ ਖੋਲ ਦਿੱਤਾ, ਪੰਜਾਬ ਹਰਿਆਣਾ ਦੇ ਡਿਪਟੀ ਕਮਿਸ਼ਨਰਾਂ ਨੂੰ ਚਿੱਠੀਆਂ ਲਿਖਤੀਆਂ ਕਿ ਭਾਈ SIT ਜਿਹੜੀ ਹੈ ਉਹਦੀ ਕੁਝ ਨਾ ਕੁਝ ਸਹਾਇਤਾ ਕੀਤੀ ਜਾਵੇ। ਵੇਖਦੇ ਹਾਂ ਕਿ ਦੁਬਾਰਾ ਪਟੀਸ਼ਨ ਦਾਇਰ ਹੋਣ ਤੋਂ ਬਾਅਦ ਮੌੜ ਬੰਬ ਧਮਾਕੇ ਦੇ ਅਸਲੀ ਰਾਜ ਜਿਹੜੇ ਹੈ ਉਹ ਖੁੱਲ੍ਹ ਕੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਆ ਸਕਣਗੇ ਕਿ ਨਹੀਂ, ਜਿਹਨਾਂ ਦੇ ਪਰਿਵਾਰਕ ਜੀ ਇਸ ਧਮਾਕੇ ਦੀ ਗੂੰਜ ਤੋਂ ਬਾਅਦ ਦੁਨੀਆਂ ਤੋਂ ਚਲੇ ਗਏ, ਕਿ ਉਹ ਜਿਹੜੇ ਪਰਿਵਾਰਕ ਜੀ ਨੇ ਉਹਨਾਂ ਦੀ ਘਾਟ ਕਦੇ ਪੂਰੀ ਹੋ ਸਕੇਗੀ। ਪਰ ਹਾਲ ਦੀ ਘੜੀ ਇਧਰਲੇ ਪਾਸੇ ਕਿਸੇ ਪੋਲੀਟੀਸ਼ੀਅਨ ਦਾ ਕੋਈ ਬਹੁਤਾ ਜ਼ਿਆਦਾ ਧਿਆਨ, ਸਿਆਸੀ ਲੀਡਰ ਦਾ ਕੋਈ ਬਹੁਤਾ ਧਿਆਨ ਨਜ਼ਰ ਨਹੀਂ ਆ ਰਿਹਾ ਜੀ। ਤੇ ਇਨਸਾਫ ਮਾਰਚ ਦੀਆਂ ਤਿਆਰੀਆਂ ਮੁਕੰਮਲ ਹੈ ਜੀ, ਕਹਿੰਦੇ ਕੱਲ ਨੂੰ ਪੰਜਾਬ ਦਾ ਝੰਡਾ ਚੱਕਣ ਜਾ ਰਹੇ ਹਾਂ ਫਿਰ ਅਸੀਂ। ਸੁਖਨੈਬ ਜੀ, ਸੁਖਪਾਲ ਸਿੰਘ ਖਹਿਰਾ ਹੋਰੀ ਪਿਛਲੇ ਕਈ ਦਿਨਾਂ ਤੋਂ ਦੁਆਬੇ ਚ ਨਹੀਂ ਆਏ ਜੀ, ਮਾਲਵੇ ਦੇ ਵਿੱਚ ਹੀ ਡਟੇ ਹੋਏ ਆ। ਕੱਲ ਨੂੰ ਸਵੇਰੇ 10 ਵਜੇ ਤਲਵੰਡੀ ਸਾਬੋ ਤੋਂ ਇਨਸਾਫ ਮਾਰਚ ਸ਼ੁਰੂ ਹੋਣਾ। ਸੁਖਪਾਲ ਸਿੰਘ ਖਹਿਰਾ ਨੇ ਆਪ ਹੀ ਤਿਆਰੀਆਂ ਦਾ ਜਾਇਜ਼ਾ ਲਿਆ, ਸਭ ਕੁਝ ਆਪ ਹੀ ਦੇਖਿਆ ਕਿ ਠੀਕ ਤਰੀਕੇ, ਤੇ ਸਾਰਿਆਂ ਨੂੰ ਉਹਨਾਂ ਨੇ ਸੋਸ਼ਲ ਮੀਡੀਆ ਦੇ ਰਾਹੀਂ ਬੇਨਤੀਆਂ ਕਰਨੀਆਂ ਸ਼ੁਰੂ ਕਰਤੀਆਂ ਕਿ ਜੋ ਕੋਈ ਪ੍ਰਵਾਸੀ ਹੈਗਾ ਆਪਣੇ ਘਰਾਂ 'ਚ ਰਿਸ਼ਤੇਦਾਰਾਂ ਨੂੰ ਮਿੱਤਰਾਂ ਨੂੰ ਟੈਲੀਫੋਨ ਕਰੋ ਤਾਂ ਜੋ ਸਾਡੀ ਹਮਾਇਤ ਹੋ ਸਕੇ। ਦੂਸਰੇ ਪਾਸੇ ਸੁਖਪਾਲ ਸਿੰਘ ਖਹਿਰਾ ਨੇ ਵੀ ਕਿਹਾ ਕਿ ਆਉਣ ਵਾਲੇ ਕੱਲ੍ਹ ਨੂੰ 10 ਵਜੇ ਇੱਥੇ ਪ੍ਰੋਗਰਾਮ ਸ਼ੁਰੂ ਹੋਏਗਾ ਤੇ 12 ਤੋਂ ਪਹਿਲਾਂ ਆਪਾਂ ਮਾਰਚ ਸ਼ੁਰੂ ਕਰ ਦੇਣਾ, ਡਾਕਟਰ ਗਾਂਧੀ ਤੇ ਬੈਂਸ ਭਰਾ ਵੀ ਆਉਣਗੇ। ਇਹ ਖੁਦ ਸੁਖਪਾਲ ਸਿੰਘ ਖਹਿਰਾ ਦਾ ਦਾਅਵਾ। ਦੂਸਰੀ ਗੱਲ ਹੁਣ ਜਿਹੜੀ ਸਭ ਤੋਂ ਵੱਡੀ ਹੈ ਉਹ ਇਹ ਹੈ ਕਿ ਇਨਸਾਫ ਮਾਰਚ ਦਾ ਕੰਮ ਕਿੱਧਰ ਨੂੰ ਜਾਊਗਾ। ਦੇਖੋ ਲੋਕਾਂ 'ਚ ਉਤਸ਼ਾਹ ਹੈਗਾ, NRIs ਵੀ ਨਾਲ ਨੇ, ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਦੋਂ ਤੱਕ ਮਾਹੌਲ ਕਿਹੋ ਜਿਹਾ ਰਹਿਣਾ। ਜੇ ਮਾਹੌਲ ਠੀਕ ਰਹੇਗਾ, ਅੱਜ ਵਰਗੇ ਰਹੇਗਾ, ਕੰਮ ਤਾਂ ਚੱਲਣਾ, ਨਹੀਂ ਤਾਂ ਫਿਰ ਚੰਗੇ ਤਰੀਕੇ ਚੱਲਣਾ ਨਹੀਂ। ਹੁਣ ਅੱਜ ਲੋਕਾਂ ਦੇ ਵਿੱਚ ਬਹੁਤ ਸਾਰਾ ਮਾਹੌਲ ਹੈ, ਲੋਕ ਪੋਜ਼ਿਟਿਵ ਸੋਚ ਰਹੇ ਨੇ, ਹੋ ਸਕਦਾ ਵੱਡੇ ਵੱਡੇ ਲੀਡਰਾਂ ਦਾ ਸਾਥ ਵੀ ਮਿਲੇ, 16 ਤਰੀਕ ਨੂੰ ਪਟਿਆਲੇ 'ਚ ਜਾ ਕੇ ਹੋ ਸਕਦਾ ਪਾਰਟੀ ਦਾ ਐਲਾਨ ਵੀ ਹੋ ਜਾਏ। ਪਰ ਇੱਕ ਚਰਚਾ ਚੱਲਦੀ ਸੀ ਕਿ ਸੁਖਪਾਲ ਸਿੰਘ ਖਹਿਰਾ ਲੱਗਦਾ ਹੈ ਕਿ 3-4 ਲੋਕ ਸਭਾ ਸੀਟਾਂ ਤੱਕ ਹੀ ਸੀਮਤ ਨੇ, ਧਿਆਨ ਬਸ ਉਧਰਲੇ ਪਾਸੇ ਰੱਖਿਆ ਹੋਇਆ, ਹੋਰ ਕਿਸੇ ਪਾਸੇ ਧਿਆਨ ਹੀ ਨਹੀਂ। ਹੁਣ ਜਦੋਂ ਇਹ ਧਿਆਨ ਦੀ ਗੱਲ ਆ ਗਈ ਤਾਂ ਇਹਦਾ ਮਤਲਬ ਕੀ ਨਿਕਲਦਾ ਕਿ ਬਹੁਤੇ ਲੋਕਾਂ ਨੂੰ ਲੱਗਦਾ ਸੀ ਕਿ ਮਾਲਵੇ ਦੀਆਂ 3-4 ਸੀਟਾਂ, ਬਾਕੀ ਮਾਝੇ ਤੇ ਦੁਆਬੇ ਵਾਲੇ ਇਹਨਾਂ ਨੂੰ ਧਿਆਨ ਨਹੀਂ ਕਰਨਾ। ਗੱਲਾਂ ਲੱਗਦਾ ਕਿ ਸੁਖਪਾਲ ਸਿੰਘ ਖਹਿਰਾ ਦੇ ਕੰਨਾਂ ਤੱਕ ਉਹ ਬੀਤੇ ਦਿਨ ਅੱਪੜ ਗਈਆਂ ਸੀ, ਇਸੇ ਕਰਕੇ ਅੱਜ ਐਲਾਨ ਕਰ ਦਿੱਤਾ ਗਿਆ ਕਿ ਇਹ ਇਨਸਾਫ ਮਾਰਚ ਮਾਲਵੇ ਲਈ ਹੈ, ਜਵਾਨੀ, ਕਿਸਾਨੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁੱਦੇ ਤੇ ਇਨਸਾਫ ਲੈਣ ਦੇ ਲਈ। ਉਹਨਾਂ ਕਿਹਾ ਸੀ ਕਿ ਮਾਝੇ 'ਚ ਵੀ ਇੱਕ ਮਾਰਚ ਕੱਢਾਂਗੇ, ਇੱਕ ਇਨਸਾਫ ਮਾਰਚ ਦੁਆਬੇ 'ਚ ਵੀ ਕੱਢਾਂਗੇ, ਫਿਰ ਕਿਤੇ ਜਾ ਕੇ ਜਿਹੜੀ ਉਹ ਪ੍ਰਕਿਰਿਆ ਮੁਕੰਮਲ ਹੋਣੀ ਹੈ। ਕੱਲ੍ਹ ਨੂੰ ਤਲਵੰਡੀ ਸਾਬੋ ਤੋਂ ਸ਼ੁਰੂ ਹੋ ਕੇ ਮੌੜ ਹਲਕੇ ਦੇ ਵਿੱਚ ਜਾ ਕੇ ਰਾਤ ਦਾ ਪੜਾਅ, ਉਹਦੇ ਤੋਂ ਬਾਅਦ ਅਗਲਾ ਪੜਾਅ ਜਿਹੜਾ ਸ਼ੁਰੂ ਹੋਣਾ, ਲੋਕ ਕਿੰਨੇ ਕੁ ਜੁੜਦੇ ਆ, ਭਾਸ਼ਣ ਕਿੰਨੇ ਕੁ ਸੁਣਦੇ ਆ, ਇਹ ਸਾਰਾ ਕੁਝ ਹੁਣ ਅੱਜ ਲੋਕਾਂ ਤੇ ਨਿਰਭਰ ਕਰੇਗਾ ਜੀ। ਵਟਸਐਪ ਇੱਕ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਆਪਾਂ ਗੱਲਬਾਤ ਦਾ ਦੌਰ ਫੇਰ ਜਾਰੀ ਰੱਖਾਂਗੇ ਤੇ ਸਰੋਤਾਂ ਦੇ ਨਾਲ ਸਾਂਝ ਵੀ ਪਾਵਾਂਗੇ। ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਾਂਝ ਪਾਉਂਦੇ ਆ ਜੀ। ਤੇ ਵਟਸਐਪ ਅਕਾਲੀ ਦਲ ਸਥਾਪਨਾ ਦਿਵਸ ਵੀ ਮਨਾ ਰਿਹਾ ਜੀ। ਸੁਖਨੈਬ ਜੀ, ਮਾਫ਼ੀ ਵੀ ਮੰਗਣੀ ਆ, ਸਥਾਪਨਾ ਦਿਵਸ ਵੀ ਮਨਾਉਣਾ, ਪਰ ਇੰਨੀ ਗੱਲ ਜ਼ਰੂਰ ਹੈ ਕਿ ਸਥਾਪਨਾ ਦਿਵਸ 14 ਤਰੀਕ ਨੂੰ ਹੈ, ਮਾਫ਼ੀ ਕੱਲ ਨੂੰ ਮੰਗਣੀ ਆ ਜੀ, ਖਿਮਾ ਜਾਚਨਾ ਕਰਨੀ ਆ। ਦੇਖੋ ਜੇ ਗਲਤੀਆਂ ਹੋ ਗਈਆਂ ਮੰਨ ਲੈਣੀਆਂ ਚਾਹੀਦੀਆਂ, ਪਰ ਵੇਲੇ ਸਿਰ ਮੰਨਣੀਆਂ ਚਾਹੀਦੀਆਂ। ਆਪਾਂ ਸਥਾਪਨਾ ਦਿਵਸ ਤੇ ਪਹਿਲਾਂ ਆਉਂਦੇ ਹਾਂ। ਐਤਕੀ ਸ਼੍ਰੋਮਣੀ ਅਕਾਲੀ ਦਲ ਨੇ ਐਲਾਨ ਕਰ ਦਿੱਤਾ ਕਿ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਵੀ ਜਾ ਕੇ 98ਵਾਂ ਸਥਾਪਨਾ ਦਿਵਸ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਉਹ ਮਨਾਉਣਾ ਜੀ।
ਤੇ ਪੰਜਾਬ ਦੇ ਵਿੱਚ ਸੈਂਕੜੇ ਹੋਰ ਥਾਵਾਂ ਦੇ ਉੱਤੇ ਵੀ ਸਮਾਗਮ ਕੀਤੇ ਜਾਣਗੇ। ਇਹਦਾ ਮਤਲਬ ਹੈ ਕਿ ਅਕਾਲੀ ਦਲ ਦਾ ਜਿਹੜਾ ਸਥਾਪਨਾ ਦਿਵਸ ਹੈ, ਉਸ ਸਥਾਪਨਾ ਦਿਵਸ ਦੇ ਮੌਕੇ ਤੇ ਪੰਜਾਬ ਦੇ ਵਿੱਚ ਸਰਕਾਰ ਜਿਹੜੀ ਹੈ ਉਹ ਭਾਵੇਂ ਕਿਸੇ ਦੀ ਵੀ ਹੈ, ਪਰ ਐਤਕੀ ਕਿਸੇ ਨੂੰ ਕੋਈ ਤੰਗ ਪ੍ਰੇਸ਼ਨ ਕਰਨ ਵਾਲੇ ਮੂਡ ਚ ਨਹੀਂ ਲੱਗਦੀ। ਹੁਣ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਹਿਤਾ ਕੋਰ ਕਮੇਟੀ ਦੀ ਬੈਠਕ ਤੋਂ ਬਾਅਦ ਕਿ ਆਪਾਂ ਅਕਾਲ ਤਖ਼ਤ ਸਾਹਿਬ ਜਾਵਾਂਗੇ, ਸ਼ੁਕਰਾਨਾ ਕਰਾਂਗੇ, ਬਲ ਮੰਗਾਂਗੇ ਹੋਰ। ਤੇ ਨਾਲ ਦੀ ਨਾਲ ਇਹ ਵੀ ਗੱਲ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਰਹੀ ਕਿ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕਰਤਾਰਪੁਰ ਲਾਂਘੇ ਦੇ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ, ਗੰਨੇ ਦਾ ਬਕਾਇਆ ਕਹਿੰਦੇ ਸਮੇਤ ਵਿਆਜ ਦਿਓ, ਸਮੇਤ ਇੰਟਰਸਟ ਦਿਓ, ਹਾਲਾਂਕਿ ਜਦੋਂ ਉਹ ਖੁਦ ਉਪ ਮੁੱਖ ਮੰਤਰੀ ਸਨ ਪੰਜਾਬ ਦੇ ਵਿੱਚ, ਉਦੋਂ ਵੀ ਕਈ ਵਾਰੀ ਗੰਨੇ ਦੀਆਂ ਸਥਿਤੀਆਂ ਵਿਗੜ ਜਾਂਦੀਆਂ ਸੀ, ਪਰ ਉਦੋਂ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਨੇ ਕਿੰਨਾ ਕੁ ਗੰਨੇ ਦੇ ਬਕਾਇਆ ਪੈਸੇ ਦੇ ਉੱਤੇ ਵਿਆਜ ਦਿੱਤਾ ਉਹਨਾਂ ਨੂੰ ਸ਼ਾਇਦ ਚੇਤਾ ਭੁੱਲ ਗਿਆ। ਇਹਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ ਨੇ ਦੋ ਐਲਾਨ ਹੋਰ ਕਰ ਦਿੱਤੇ ਜੀ। ਉਹ ਕਹਿੰਦੇ ਕਿ ਅਸੀਂ ਲਗਾਤਾਰ ਦਿਨ ਮਨਾਉਣਾ ਸਥਾਪਨਾ ਦਿਵਸ, ਇੱਕ ਦਿਨ ਨਹੀਂ ਮਨਾਉਣਾ, ਇਕੱਲਾ ਥਾਂ ਥਾਂ ਦੇ ਉੱਤੇ ਕਹਿੰਦੇ ਪਿੰਡਾਂ ਦੇ ਵਿੱਚ ਸਮਾਗਮ ਕਰਾਂਗੇ, ਉਸ ਸਮਾਗਮ ਦੇ ਵਿੱਚ ਟਕਸਾਲੀ ਵਰਕਰਾਂ ਦਾ ਸਨਮਾਨ ਕੀਤਾ ਜਾਊਗਾ, ਹਰ ਹਲਕੇ ਦੇ ਗੁਰੂ ਘਰ ਦੇ ਵਿੱਚ ਅਖੰਡ ਪਾਠ ਸਾਹਿਬ ਦਾ ਵੀ ਪ੍ਰਕਾਸ਼ ਹੋਏ ਦਾ ਸਥਾਪਨਾ ਦਿਵਸ ਮਨਾਉਣਾ। ਚਲੋ ਉਹਦੇ ਤੋਂ ਬਾਅਦ ਇਹ ਵੀ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਰਿਹਾ ਕਿ ਇਸ ਮੀਟਿੰਗ ਦੇ ਵਿੱਚ ਬਹੁਤ ਕੁਝ ਹੋਰ ਘਟਿਆ ਵਾਪਰਿਆ, ਕਈ ਤਰ੍ਹਾਂ ਦੀਆਂ ਮੰਗਾਂ ਸਰਕਾਰ ਤੋਂ ਕੀਤੀਆਂ ਗਈਆਂ, ਵਰਕਰਾਂ ਨੂੰ ਹੌਸਲਾ ਦਿੱਤਾ ਗਿਆ ਕਿ ਭਾਈ ਥੋੜਾ ਹੀ ਸਮਾਂ ਫਿਰ ਸਰਕਾਰ ਆਪਣੀ ਬਣ ਜਾਣੀ ਹੈ, ਪਰ ਅਕਾਲ ਤਖ਼ਤ ਤੇ ਪੰਜਾਬ ਭਰ ਦੇ ਵਿੱਚ ਸਥਾਪਨਾ ਦਿਵਸ ਮਨਾਉਣ ਦਾ ਜਿਹੜਾ ਹੁਣ ਵਾਅਦਾ ਕੀਤਾ ਸੁਖਬੀਰ ਸਿੰਘ ਬਾਦਲ ਨੇ, ਉਹਦੇ ਪਿੱਛੇ ਵੀ ਇੱਕ ਬਹੁਤ ਵੱਡੀ ਰਾਜਨੀਤੀ ਨਜ਼ਰ ਆ ਰਹੀ ਹੈ ਜੀ। ਰਾਜਨੀਤੀ ਕਿਵੇਂ ਨਜ਼ਰ ਆ ਰਹੀ ਹੈ? ਉਹ ਇਸ ਕਰਕੇ ਨਜ਼ਰ ਆ ਰਹੀ ਹੈ ਕਿ ਅੱਜ ਤੱਕ ਕਦੇ ਇਸ ਤਰ੍ਹਾਂ ਮਨਾਇਆ ਨਹੀਂ ਸੀ, ਅੱਜ ਤੱਕ ਤਾਂ ਕਦੇ ਟਕਸਾਲੀਆਂ ਨੂੰ ਲੱਭ ਲੱਭ ਕੇ ਸਨਮਾਨ ਦੇਣ ਦਾ ਕੋਈ ਫੈਸਲਾ ਬਹੁਤਾ ਜਿਹੜਾ ਉਹ ਕੀਤਾ ਨਹੀਂ ਸੀ ਗਿਆ, ਇਹ ਹੁਣ ਕਿਉਂ ਕਰਨਾ ਪਿਆ? ਅਕਾਲੀ ਦਲ ਨੇ ਗੰਨੇ ਦੇ ਮੁੱਦੇ ਤੇ ਕਿਸਾਨਾਂ ਦੇ ਹੱਕ 'ਚ ਧਰਨੇ ਦੇ ਕੇ ਵੇਖ ਲਿਆ, ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਮੁੱਦੇ ਤੇ ਧਰਨੇ ਦੇ ਕੇ ਵੇਖ ਲਿਆ, ਪਰ ਅਜੇ ਤੱਕ ਅਕਾਲੀ ਦਲ ਨੂੰ ਲੱਗਦਾ ਨਹੀਂ ਸੀ ਕਿ ਉਹ ਜਿਹੜੇ ਹੈ ਉਹ ਕਿਤੇ ਤੁਰ ਪਹੁੰਚ ਜਾਣਗੇ, ਪਰ ਹੁਣ ਇਹ ਜਿਹੜਾ ਆਪਣੇ ਆਪ ਦੇ ਵਿੱਚ ਫੈਸਲਾ ਕੀਤਾ 1997 ਤੋਂ ਬਾਅਦ ਦੁਬਾਰਾ ਪੰਜਾਬੀਅਤ ਤੋਂ ਪੰਥਕ ਮੁੱਦਿਆਂ ਦੇ ਵੱਲ ਪਰਤਣਾ ਸ਼ੁਰੂ ਕਰ ਦਿੱਤਾ ਗਿਆ ਸ਼੍ਰੋਮਣੀ ਅਕਾਲੀ ਦਲ ਵੱਲੋਂ। ਲੱਗਦਾ ਕਿ ਜੇ ਲਗਾਤਾਰ ਇਹੀ ਪ੍ਰਕਿਰਿਆ ਰਹੀ ਤਾਂ ਕਿਤੇ ਨਾ ਕਿਤੇ ਅਕਾਲੀ ਦਲ ਭਾਵੇਂ ਥੋੜਾ ਥੋੜਾ ਸਹੀ ਪਰ ਉੱਪਰ ਨੂੰ ਚੜਾਈਆਂ ਚੜ੍ਹਨ ਦੀ ਜਿਹੜੀ ਸੋਚ ਵਿਚਾਰ ਕਰ ਜ਼ਰੂਰ ਸਕਦਾ ਜੀ। ਤੇਵਾਰ ਸਾਹਿਬ, ਇਦੋਂ ਅਗਲੀ ਖ਼ਬਰ ਦੇ ਉੱਤੇ ਵੀ ਅਸੀਂ ਥੋੜੀ ਰੋਸ਼ਨੀ ਪਾ ਦਈਏ। ਭਾਜਪਾ ਦੇ ਵਿੱਚ ਔਰਤਾਂ ਦੀ ਘਾਟ ਹੈ ਜੀ, ਜਦੋਂ ਐਡੇ ਆਗੂ ਛੜੇ ਨੇ ਜਾਂ ਵਿਆਹ ਨਹੀਂ ਕਰਾਇਆ ਫਿਰ ਔਰਤਾਂ ਕਿੱਥੋਂ ਆਉਣਗੀਆਂ? ਸੁਖਰੈਬ ਜੀ, ਗੱਲ ਇਹ ਵੀ ਹੈ ਨਾ ਕਿ ਐਤਕੀ ਲੋਕ ਸਭਾ ਦੀਆਂ ਚੋਣਾਂ ਚ ਵੈਸੇ ਪੰਨੂ ਸਾਹਿਬ ਵੀ ਗੱਲ ਕਰਕੇ ਗਏ ਆ, ਬੀਬੀ ਉਮਾ ਭਾਰਤੀ ਦੀ ਵੀ ਕਰਕੇ ਗਏ ਨੇ, ਸੁਸ਼ਮਾ ਸਵਰਾਜ ਦੀ ਵੀ ਕਰਕੇ ਗਏ ਆ, ਸ਼ਾਇਦ ਸਵਿਤਰੀ ਬਾਈ ਫੂਲੇ ਆ ਬੀਬੀ ਜੀ, ਉਹਦੀ ਵੀ ਕਰਕੇ ਗਏ ਆ। ਦੇਖੋ ਇਹਦੇ ਕਈ ਕਾਰਨ ਨੇ, ਕਈ ਪਾਸਿਓ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਨੂੰ ਘਾਟਾ ਬਹੁਤ ਪੈਣਾ, ਕਈ ਪਾਸਿਓ ਲੱਗਦਾ ਕਿ ਸੂਤ ਵੀ ਆ ਸਕਦਾ। ਬੀਬੀ ਸੁਸ਼ਮਾ ਸਵਰਾਜ ਮੱਧ ਪ੍ਰਦੇਸ਼ ਦੇ ਵਿਦੇਸ਼ਾ ਲੋਕ ਸਭਾ ਹਲਕੇ ਤੋਂ ਜਿੱਤੇ ਸੀ 4 ਲੱਖ ਵੋਟਾਂ ਦੇ ਫਰਕ ਨਾਲ ਜੀ। ਉਮਾ ਭਾਰਤੀ ਜਿਹੜੀ ਹੈ ਉਹ ਝਾਂਸੀ ਯੂਪੀ ਤੋਂ ਜਿੱਤੀ ਸੀ ਤਕਰੀਬਨ 2.5 ਲੱਖ ਵੋਟਾਂ ਦੇ ਫਰਕ ਨਾਲ। ਦੋਵੇਂ ਬੀਬੀਆਂ ਨੇ ਜਿੰਨਾ ਵੱਡਾ ਬਹੁਮਤ ਲੋਕਾਂ ਨੇ ਦਿੱਤਾ ਸੀ, ਅਚਾਨਕ ਉਹਨਾਂ ਦੁਆਰਾ ਇਹ ਕਹਿਣਾ ਕਿ ਨਹੀਂ ਭਾਈ ਅਸੀਂ ਨਹੀਂ ਚੋਣਾਂ ਲੜਨੀਆਂ, ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਕਹਾਣੀਆਂ ਕਿਤੇ ਹੋਰ ਜਾ ਕੇ ਵੱਜਦੀਆਂ। ਹੁਣ ਨਵੇਂ ਚਿਹਰਿਆਂ ਦੀ ਭਾਲ ਪਾਰਟੀ ਨੂੰ ਕਰਨੀ ਪਊ। ਬੀਬੀ ਸਮ੍ਰਿਤੀ ਇਰਾਨੀ ਇੱਕ ਬੀਬੀ ਹੈਗੀ ਹੈ, ਉਹ ਬੀਬੀ ਦੀ ਆਪਣੀ ਡਿਗਰੀ ਦਾ ਨਹੀਂ ਪਤਾ ਕਿੱਧਰੋਂ ਹੈਗੀ ਹੈ। ਇਹਦੇ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਦੇ ਕੋਲ ਜੇ ਔਰਤ ਲੀਡਰਾਂ ਦੇ ਰੂਪ ਦੇ ਵਿੱਚ ਵੇਖਿਆ ਜਾਵੇ ਤਾਂ ਕੋਈ ਬਹੁਤਾ ਵੱਡਾ ਅਹੁਦਾ ਹਾਲ ਦੀ ਘੜੀ ਤੱਕ ਹੈ ਨਹੀਂ, ਨਾ ਕੋਈ ਚਿਹਰਾ ਹੈਗਾ, ਕਿਉਂਕਿ ਕਈ ਸੂਬਿਆਂ ਦੇ ਵਿੱਚ ਇਹ ਵੀ ਹੋ ਸਕਦਾ ਕਿ ਜਿਵੇਂ ਸਾਬਰੀਵਾਲਾ ਮੰਦਿਰ ਹੈ ਉੱਥੇ ਔਰਤਾਂ ਦੇ ਵੜਨ ਤੇ ਜਦੋਂ ਪਾਬੰਦੀ ਵਾਲੀ ਕੋਈ ਗੱਲ ਕਰਦਾ ਤਾਂ ਇਧਰਲੇ ਪਾਸਿਓਂ ਕਿਤੇ ਨਾ ਕਿਤੇ ਉਹ ਹਾਸਾ ਵੀ ਆ ਜਾਂਦਾ ਕਿ ਭਾਈ ਵੇਖੋ ਤਾਂ ਅੰਦਰ ਨਹੀਂ ਵੜਨ ਦਿੰਦੇ ਤੇ ਬੀਜੇਪੀ ਦੇ ਇਸ ਤਰੀਕੇ ਦੇ ਨਾਲ ਭਗਤ ਬਣੇ ਹੋ, ਨਵੀਂ ਲੀਡਰਸ਼ਿਪ ਪੈਦਾ ਕਰਨੀ ਜ਼ਰੂਰੀ ਹੈ। ਪਰ ਇਹ ਵੀ ਗੱਲ ਪੱਕੀ ਹੈ ਕਿ ਜਿਹੜੀਆਂ ਦੋਵੇਂ ਲੀਡਰ ਇਸ ਵੇਲੇ ਸੱਜੇ ਖੱਬੇ ਹੋਈਆਂ ਇਹਨਾਂ ਦੇ ਜਾਣ ਦੇ ਨਾਲ ਭਾਰਤੀ ਜਨਤਾ ਪਾਰਟੀ ਤੇ ਉਲਟਾ ਪ੍ਰਭਾਵ ਪਊ। ਤੇ ਨਾਲ ਇਹ ਵੀ ਗੱਲ ਪੱਕੀ ਹੈ ਕਿ ਜਿਹੜੀ ਬੀਬੀ ਉਹ ਸਵਿਤਰੇ ਬਾਈ ਫੂਲੇ ਜਿਹਨੇ ਉਹ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ, ਹੋ ਸਕਦਾ ਸੁਖਨੈਬ ਜੀ ਮੈਨੂੰ ਲੱਗਦਾ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਲਈ ਨੁਕਸਾਨਦੇਹ ਸਾਬਿਤ ਹੋਣ ਦੀ ਥਾਂ ਲਾਭਦਾਇਕ ਸਾਬਿਤ ਹੋ ਸਕਦੀ ਹੈ। ਇਸ ਕਰਕੇ ਕਿ ਯੂਪੀ ਦੇ ਵਿੱਚ ਬੀਜੇਪੀ ਦੀ ਸਥਿਤੀ ਬਹੁਤੀ ਠੀਕ ਨਹੀਂ, ਜੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ 5-7 ਹਲਕਿਆਂ ਤੋਂ ਵੀ ਉਹ ਜਿਹੜੀ ਬੀਬੀ ਹੈ ਚੰਗੇ ਤਰੀਕੇ ਦੇ ਨਾਲ
ਸਾਰਾ ਕੁਝ ਸਮੇਟ ਸਕਦੀ ਹੈ ਤਾਂ ਸਮਝ ਲਓ ਫਿਰ ਕਿ ਭਾਈ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਦੀ ਸਮੱਸਿਆ ਦਾ ਹੱਲ ਹੋ ਗਿਆ। ਹੁਣ ਸਮੱਸਿਆ ਦੇ ਹੱਲ ਹੋਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਕਿੱਧਰਲੇ ਪਾਸੇ ਨੂੰ ਤੁਰੂ, ਕਿੱਧਰਲੇ ਪਾਸੇ ਨਹੀਂ ਤੁਰੂ, ਔਰਤ ਲੀਡਰਾਂ ਦੀ ਘਾਟ ਜਿਹੜੀ ਹੈ ਉਹਨੂੰ ਕਿਵੇਂ ਪੂਰਾ ਕਰੂ, ਕੁਝ ਨਵੀਆਂ ਲੀਡਰਾਂ ਜਿਹੜੀਆਂ ਉਹਨਾਂ ਨੂੰ ਸਾਹਮਣੇ ਲੈ ਕੇ ਆਉਂਦੀ ਹੈ ਬੀਜੇਪੀ ਜਾਂ ਨਹੀਂ, ਇਹ ਸਾਰਾ ਕੁਝ ਹਾਲ ਦੀ ਘੜੀ ਪਰਦੇ ਦੇ ਪਿੱਛੇ ਵਾਲੀਆਂ ਘਟਨਾਵਾਂ ਚ ਲੁਕਿਆ ਹੋਇਆ ਜੀ। ਤੇ ਕੋਈ ਸਰੋਤਾ ਸੱਜਣ ਚਾਹੇ ਜੀ ਕਾਲ ਕਰ ਸਕਦਾ, ਲਾਈਨਾਂ ਵੀ ਖੁੱਲੀਆਂ ਨੇ ਔਰ ਵਿਚਾਰ ਵੀ ਖੁੱਲੇ ਨੇ। ਤੇ ਕਿਸਾਨਾਂ ਦੀ ਕਰਜ਼ਾ ਮਾਫ਼ੀ ਦੀ ਅਗਲੀ ਕਿਸ਼ਤ ਜਾਰੀ ਹੋ ਗਈ ਜੀ। ਸੁਖਨਾ ਜੀ ਟਾਈਮਿੰਗ ਬੜੀ ਕਮਾਲ ਦੀ ਸੀ ਅੱਜ, ਇਲੈਕਸ਼ਨ ਕਮਿਸ਼ਨ ਵਾਲੇ ਫਾਈਲਾਂ ਹੱਥ ਚ ਫੜ ਕੇ ਆਪਣੇ ਦਫ਼ਤਰ ਚ ਬੈਠੇ ਹੋਣੇ ਤੇ ਭਾਈ ਸੁਣਾ ਕਦੋਂ ਆਵੇ ਤਾਂ ਆਪਾਂ ਜਾ ਕੇ ਪ੍ਰੈਸ ਕਾਨਫਰੰਸ ਕਰੀਏ ਜੀ। ਉਧਰ ਇਸ ਸਰਕਾਰ ਨੂੰ ਜਿਹੜੀ ਪੰਜਾਬ ਸੂਬੇ ਦੀ ਸਰਕਾਰ ਹੈ ਕਾਂਗਰਸ ਦੀ, ਉਹਨਾਂ ਨੂੰ ਇਸ ਗੱਲ ਦੀ ਕਾਹਲੀ ਸੀ ਕਿ ਜਿੰਨੀ ਛੇਤੀ ਹੋ ਸਕਦਾ ਪਟਿਆਲੇ ਦੇ ਵਿੱਚ ਕਿਸਾਨਾਂ ਦੀ ਕਰਜ਼ ਮਾਫ਼ੀ ਦੇ ਚੈੱਕ ਵੰਡ ਦਈਏ, ਕਿਉਂਕਿ ਜੇ ਚੋਣ ਜ਼ਾਬਤਾ ਲੱਗ ਗਿਆ ਤਾਂ ਫਿਰ ਸਾਰਾ ਦਸੰਬਰ ਮਹੀਨਾ ਸੁੱਕਾ ਹੀ ਲੰਘ ਜਾਣਾ ਐਸੇ ਤਰੀਕੇ ਹੀ। ਚਲੋ ਇਹ ਸਾਰੀਆਂ ਗੱਲਾਂ ਕਿਤੇ ਨਾ ਕਿਤੇ ਵਾਜਬ ਨਜ਼ਰ ਆਉਂਦੀਆਂ। ਹੁਣ ਜਦੋਂ ਵਾਜਬ ਨਜ਼ਰ ਆਉਂਦੀਆਂ ਤਾਂ ਫਿਰ ਹੋਇਆ ਕੀ ਹੈ, ਅੱਜ ਪਟਿਆਲੇ 'ਚ ਸਮਾਗਮ ਹੋਇਆ, ਸਮਾਗਮ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਪੁੱਜੇ, ਬੀਬੀ ਪ੍ਰਨੀਤ ਕੌਰ ਪੁੱਜੇ, ਲਾਲ ਸਿੰਘ ਹੋਰੀ ਪੁੱਜੇ, ਬੜੇ ਵੱਡੇ ਵੱਡੇ ਲੀਡਰ ਉੱਥੇ ਗਏ। ਉੱਥੇ ਜਾ ਕੇ ਦਾਅਵਾ ਕੀਤਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ, ਉਹ ਕਹਿੰਦੇ ਪਹਿਲਾਂ ਸਹਿਕਾਰੀ ਬੈਂਕਾਂ ਦਾ ਕਰਜ਼ਾ ਮਾਫ ਕੀਤਾ, ਫਿਰ ਸੁਸਾਇਟੀਆਂ ਦਾ ਕੀਤਾ, ਉਹਦੇ ਤੋਂ ਬਾਅਦ ਉਹ ਕਹਿੰਦੇ ਆ ਵੇਖ ਲਓ ਸਰਕਾਰੀ ਬੈਂਕਾਂ ਦਾ ਕਰਜ਼ਾ ਮਾਫ ਕਰਨ ਤੋਂ ਬਾਅਦ ਹੁਣ ਸਿੱਧੇ ਤੌਰ ਤੇ ਜਿਹੜਾ ਕਮਰਸ਼ੀਅਲ ਬੈਂਕ ਹੈ ਉਹਦੇ ਤੋਂ ਜਿਹਨਾਂ ਨੇ ਕਰਜ਼ਾ ਲਿਆ ਸੀ 1,10,000 ਕਿਸਾਨਾਂ ਦਾ 1,700 ਕਰੋੜ ਦਾ ਕਰਜ਼ਾ ਅਸੀਂ ਮਾਫ ਕਰਤਾ। ਉਹ ਕਹਿੰਦੇ ਅਸੀਂ ਜੋ ਕਿਹਾ ਕਾਂਗਰਸ ਨੇ ਕਰਕੇ ਵਿਖਾਇਆ, ਅਸੀਂ ਕਿਸਾਨਾਂ ਦੀ ਬਾਂਹ ਫੜੀ ਹੈ ਤੇ ਆਉਣ ਵਾਲੇ 1.5 ਘੰਟੇ ਦੇ ਬਾਅਦ ਇੱਕ ਵਾਰੀ ਫੇਰ ਇਸ ਮੁੱਦੇ ਦੇ ਉੱਤੇ ਚਰਚਾ ਛਿੜਪੀ ਹੈ, ਜਦੋਂ ਸਰਪੰਚੀ ਦੀ ਚੋਣ ਦਾ ਐਲਾਨ ਵੀ ਹੋ ਗਿਆ ਕਿ ਭਾਈ ਹੋ ਸਕਦਾ ਕਿ ਪਟਿਆਲੇ ਵਾਲੀ ਸੀਟ ਤੋਂ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੇ ਕਿਸੇ ਨਾ ਕਿਸੇ ਪਰਿਵਾਰਕ ਮੈਂਬਰ ਨੇ ਚੋਣ ਲੜਨੀ ਹੈ, ਤੇ ਜਿਹਨੇ ਪਰਿਵਾਰਕ ਮੈਂਬਰ ਨੇ ਚੋਣ ਲੜਨੀ ਹੈ ਉਹਦੇ ਲਈ ਰਾਹ ਕਿਤੇ ਨਾ ਕਿਤੇ ਕਪਤਾਨ ਸਾਹਿਬ ਸੁਖਾਲਾ ਕਰੀ ਜਾਂਦੇ ਆ। ਬਾਕੀ ਵੇਖਦੇ ਹਾਂ, ਉਹਨਾਂ ਨੇ ਵੀ ਕਹਿ ਦਿੱਤਾ ਕਿ 5 ਏਕੜ ਤੱਕ ਦੇ ਜਿਹੜੇ ਮਾਲਕ ਕਿਸਾਨ ਨੇ ਜਾਂ ਜਿਹਨਾਂ ਨੇ ਠੇਕੇ 'ਚ ਲੈ ਕੇ ਖੇਤੀ ਕੀਤੀ ਸੀ ਅਸੀਂ ਉਹਨਾਂ ਦੇ ਵੀ ਕਰਜ਼ੇ ਮਾਫ਼ ਕਰਨੇ ਸ਼ੁਰੂ ਕਰਤੇ ਆ, ਬੜੀ ਜਲਦੀ ਸਾਰਿਆਂ ਦਾ ਨੰਬਰ ਜਿਹੜਾ ਉਹ ਲੱਗੇਗਾ ਜ਼ਰੂਰ। ਬਿਲਕੁਲ, ਇਹ ਵੀ ਸਹੀ ਹੈ ਜੀ, ਔਰ ਕੋਸ਼ਿਸ਼ਾਂ ਹੋ ਜਾਣ ਤਾਂ ਚੰਗੀ ਗੱਲ ਹੈ। ਵਟਸਐਪ ਖੇਡਾਂ ਦੀ ਦੁਨੀਆਂ ਦੀ ਥੋੜੀ ਜਿਹੀ ਗੱਲ ਕਰ ਲਈ ਹੈ, ਵੀਕਐਂਡ ਹੈ, ਕੋਈ ਅਪਡੇਟ ਹੋਵੇ ਇਸ ਮਾਮਲੇ 'ਚ? ਤੇ ਇਧਰੋਂ ਇੱਕ ਸਰੋਤਾ ਨੇ ਜੀ, ਆਪਾਂ ਇਹਨਾਂ ਨੂੰ ਵੀ ਨਾਲ ਸ਼ਾਮਲ ਕਰ ਲਈਏ, ਸੋ ਕੀ ਕਹਿਣਾ ਚਾਹੁੰਦੇ ਨੇ ਆਸਟ੍ਰੇਲੀਆ ਵਾਲੇ ਸੱਜਣ, ਇਹ ਵੀ ਜਾਣਦੇ। ਹਾਂਜੀ ਸਵਾਗਤ। ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਸਾਹਿਬ, ਸਤਿ ਸ੍ਰੀ ਅਕਾਲ ਜੀ। ਹਾਂਜੀ ਬਾਤ ਮੈਂ ਪੁੱਛਣਾ ਸੀ ਵੀ ਜਿਹੜਾ ਅੰਮ੍ਰਿਤਸਰ ਦੇ ਵਿੱਚ ਜਿਹੜਾ ਉਹ ਬਲਾਸਟ ਹੋਇਆ ਸੀ ਤੇ ਉਹਦੇ ਬਾਰੇ ਕੀ ਰਿਪੋਰਟ ਕੋਈ ਆਈ, ਕੋਈ ਨਵੀਂ ਗੱਲਬਾਤ, ਕੋਈ ਰਿਮਾਂਡ ਵਗੈਰਾ ਵਧਿਆ ਮਿਲੇਗਾ ਕੀ, ਕੋਈ ਉਹਦੇ ਬਾਰੇ ਦੱਸੋ ਜੀ ਥੋੜਾ ਜਿਹਾ ਪਤਾ ਹੋਵੇ। ਸੁਣੋ ਜੀ, ਥੈਂਕ ਯੂ ਜੀ। ਵਟਸਐਪ ਦੇਖੋ ਸੁਖਰੈਬ ਜੀ, ਰਿਮਾਂਡ ਤਾਂ ਲਗਾਤਾਰ ਦੋਵਾਂ ਦੇ ਵੱਧ ਰਹੇ ਨੇ, ਵਿਕਰਮਜੀਤ ਦਾ ਵੀ ਤੇ ਦੂਜੇ ਪਾਸੇ ਅਵਤਾਰ ਸਿੰਘ ਦਾ ਵੀ। ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਅਚਾਨਕ ਪੁਲਿਸ ਉਸ ਥਾਂ ਤੇ ਵੀ ਲੈ ਗਈ ਸੀ ਜਿੱਥੋਂ ਇਹ ਦਾਅਵਾ ਕੀਤਾ ਜਾ ਰਿਹਾ ਕਿ ਉਹਨਾਂ ਨੇ ਹੈਂਡ ਗ੍ਰਨੇਡ ਦੱਬਿਆ ਹੋਇਆ ਲਿਆ ਸੀ, ਉਸ ਜਿਹੜਾ ਨਿਰੰਕਾਰੀ ਭਵਨ ਦੇ ਵਿੱਚ ਵੀ ਲੈ ਕੇ ਗਿਆ ਸੀ, ਸਤਸੰਗ ਭਵਨ ਦੇ ਵਿੱਚ ਵੀ ਜਿੱਥੇ ਉਹ ਸਾਰਾ ਕੁਝ ਘਟਨਾ ਵਾਪਰੀ, ਇਹ ਵੀ ਦਾਅਵਾ ਕੀਤਾ ਗਿਆ ਸੀ ਪਿਛਲੇ ਦਿਨਾਂ ਦੇ ਵਿੱਚ ਜਦੋਂ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਕਿ 15 ਲੱਖ ਰੁਪਇਆ ਅਵਤਾਰ ਦੇ ਖਾਤੇ 'ਚ ਪਿਛਲੇ 1.5 ਸਾਲ 'ਚ ਆਇਆ। ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਉਹਦੇ ਕੋਲ 2 ਯੰਤਰ ਮਿਲੇ ਨੇ, ਆਧੁਨਿਕ ਯੰਤਰ, ਬਿਜਲਾਈ ਯੰਤਰ, ਜਿਨ੍ਹਾਂ ਦੇ ਨਾਲ ਸ਼ਾਇਦ ਉਹ ਸੰਪਰਕ ਕਰਦਾ ਸੀ ਅੱਗੇ ਪਿੱਛੇ। ਸੋ ਹਾਲ ਦੀ ਘੜੀ ਲਗਾਤਾਰ ਉਹਨਾਂ ਦਾ ਰਿਮਾਂਡ ਜਿਹੜਾ ਉਹ ਲਿਆ ਜਾ ਰਿਹਾ, ਅੱਗੇ ਵੱਧ ਰਿਹਾ, ਵੇਖਦੇ ਹਾਂ ਕਿ ਗੱਲ ਜਿਹੜੀ ਕਿੱਧਰਲੇ ਪਾਸੇ ਨੂੰ ਜਾਂਦੀ ਹੈ। ਤੇ ਬਾਕੀ ਇੰਨੀ ਗੱਲ ਜ਼ਰੂਰ ਹੈ ਸੁਖਨੈਬ ਜੀ, ਇਹਨਾਂ ਦੋਵਾਂ ਤੋਂ ਬਾਅਦ ਕੋਈ ਤੀਸਰੀ ਗ੍ਰਿਫਤਾਰੀ ਜੇ ਕਹੀਏ ਇਸ ਕੇਸ ਦੇ ਵਿੱਚ ਹੋ ਨਹੀਂ ਸਕੀ ਜੀ। ਤੇ ਵਟਸਐਪ ਖੇਡਾਂ ਦੀ ਦੁਨੀਆਂ ਦੀ ਗੱਲ ਅਸੀਂ ਥੋੜੀ ਜਿਹੀ ਕਰਨੀ ਸੀਗੀ ਜੇ ਹੈ ਟਾਈਮ ਤਾਂ। ਜੀ ਬਿਲਕੁਲ, ਭਾਰਤ ਤੇ ਕੈਨੇਡਾ ਦੀਆਂ ਟੀਮਾਂ ਦਾ ਹਾਕੀ ਦਾ ਵਿਸ਼ਵ ਕੱਪ ਦੇ ਵਿੱਚ ਮੈਚ ਹੈ ਭਾਰਤੀ ਸਮੇਂ ਦੇ ਅਨੁਸਾਰ ਤਕਰੀਬਨ 7 ਵਜੇ, ਯਾਨੀ ਕਿ ਹੁਣ ਤੋਂ 20 ਘੰਟੇ ਦੇ ਬਾਅਦ ਜੇ ਕੋਈ ਬੰਦਾ ਟੀਵੀ ਆਨ ਕਰੂਗਾ ਤੇ ਉਹਨੂੰ 5-7 ਮਿੰਟ ਅੱਗੇ ਪਿੱਛੇ ਦੇ ਨਾਲ ਉਹ ਮੈਚ ਦੇਖਣ ਨੂੰ ਮਿਲ ਜੂ। ਜੇ ਭਾਰਤ ਦੀ ਟੀਮ ਕੱਲ੍ਹ ਦਾ ਮੈਚ ਜਿੱਤਦੀ ਹੈ ਤਾਂ ਸਿੱਧਾ ਕੁਆਟਰ ਫਾਈਨਲ 'ਚ ਜਾਊ। ਉਧਰ ਦੂਸਰੇ ਪਾਸੇ ਬੈਲਜੀਅਮ ਦੀ ਟੀਮ ਨੇ ਦੱਖਣੀ ਅਫਰੀਕਾ ਨਾਲ ਖੇਡਣਾ। ਅਸੀਂ 2 ਮੈਚ ਖੇਡੇ ਨੇ, ਦੱਖਣੀ ਅਫਰੀਕਾ ਤੋਂ 5-0 ਨਾਲ ਜਿੱਤੇ ਹਾਂ, 2-2 ਦੇ ਨਾਲ ਅਸੀਂ ਬੈਲਜੀਅਮ ਦੇ ਨਾਲ ਬਰਾਬਰ ਰਹੇ ਹਾਂ। ਤੇ ਹੁਣ ਇਹ ਵੀ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਹੈ ਕਿ ਉਲਟ ਫੇਰ ਹੋਣੇ ਸ਼ੁਰੂ ਹੋ ਗਏ ਆ। ਉਲਟ ਫੇਰ ਵੀ ਏਦਾਂ ਸ਼ੁਰੂ ਹੋ ਗਿਆ ਕਿ 5-3 ਦੇ ਨਾਲ ਅੱਜ ਇੱਕ ਮੁਕਾਬਲਾ ਜਿਹੜਾ ਉਹ ਕਿਤੇ ਨਾ ਕਿਤੇ
सामने आया तो पांच तीन दे नाल बहुत एक मुकाबलतन हल्की जी टीम मनी जाती है फ्रांस की, उन्हें अज अर्जेंटाइना की जी टीम है उन्होंने कितने ना कितने पांच तीन दे नाल जो हराता ये करके लगता है कि आने वाले दिनों उल्ट फिर होर भी होंगे। पर कल का मुकाबला भारत के लिए बड़ा अहम है, कैनेडा की टीम जे भारत के मुकाबले हथों हारती है तो भारत सीधा क्वार्टर फाइनल पक्का प्रवेश कर दी है। जी बहुत मेहरबानी वाट साहब, मिलते हैं जी फिर सोमवार को। शुक्रिया जी, बहुत मेहरबानी सुखनैब जी, रेडियो चंद प्रदेशी के श्रोतियों को शुभेच्छावां जी, बहुत मेहरबानी जी। परमीर सिंह वाट साहब के नाल सजनों आप गलबात कर रहे सी, ते अगली गलबात करते हैं पंजाब मंच के एक आगू दे नाल, इंसाफ मार्च जिहड़ा कल नूं निकल रहा उहदे विच कौन कौन शमूलियत करनगे की होगा यही जानदे हां कुछ ही पलां तों बाद, ते फिर आपां विचार चर्चा करांगे मुआफीनामे ते।